ਹੁਣ ਸਟਾਰਟ ਹੋ ਗਿਆ ਜੀ। ਹਾਂਜੀ ਦਤਾਰ ਸਿੰਘ ਜੀ ਬੜਾ ਧੰਨਵਾਦ, ਤੁਸੀਂ ਸਾਨੂੰ ਜੁਆਇਨ ਕੀਤਾ ਇੰਟਰਵਿਊ ਵਾਸਤੇ, ਆਪਣਾ ਟਾਈਮ ਕੱਢਿਆ ਸਾਡੇ ਵਾਸਤੇ। ਸ਼ੁਕਰੀਆ ਜੀ। ਸਭ ਤੋਂ ਪਹਿਲੇ ਆਪਣੇ ਬਾਰੇ ਦੱਸੋ, ਆਪਣੀ ਤਨਜ਼ੀਮ ਦੇ ਬਾਰੇ ਦੱਸੋ ਥੋੜਾ ਸਾਨੂੰ। ਮੈਂ ਦਤਾਰ ਸਿੰਘ, ਸੂਬਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ। ਜ਼ਬਰਦਸਤ। ਜੀ ਅੱਛਾ ਅੱਛਾ ਦਤਾਰ ਸਿੰਘ ਜੀ, ਸਾਨੂੰ ਇਹ ਦੱਸੋ ਕਿ ਅੱਜ ਦੀ ਸੂਰਤ ਹਾਲ ਕੀ ਹੈ, ਕੀ ਚੱਲ ਰਿਹਾ ਉੱਥੇ ਅੰਦੋਲਨ ਦੇ ਹਵਾਲੇ ਨਾਲ, ਸਾਨੂੰ ਥੋੜਾ ਦੱਸੋ। ਸਾਡੇ ਜਿਹੜੇ ਇੰਟਰਨੈਸ਼ਨਲ ਆਡੀਅੰਸ ਹੈ ਸਾਡੀ, ਇੱਥੇ ਦੇ ਕਿਸਾਨ ਨੇ, ਇੱਥੇ ਦੇ ਮਜ਼ਦੂਰ ਨੇ, ਉਹਨਾਂ ਨੂੰ ਦੱਸੋ ਉੱਥੇ ਕਿਸ ਤਰੀਕੇ ਨਾਲ ਅੰਦੋਲਨ ਚੱਲ ਰਿਹਾ ਹੈ, ਕਿੰਨੇ ਫਾਰਮਰਸ ਨਿਕਲੇ ਨੇ ਉੱਥੇ, ਕਿਹੜੀ ਕਿਹੜੀ ਜਗ੍ਹਾ ਉਹ ਅੰਦੋਲਨ ਹੋ ਰਿਹਾ ਹੈ, ਖਾਣੇ ਦੀ ਕੀ ਸਿਚੁਏਸ਼ਨ ਹੈ, ਫੰਡ ਦੀ ਕੀ ਸਿਚੁਏਸ਼ਨ ਹੈ, ਦਵਾਈਆਂ ਦੀ ਕੀ ਸਿਚੁਏਸ਼ਨ ਹੈ, ਤੇ ਔਰਤਾਂ ਤੇ ਬੱਚਿਆਂ ਦੇ ਉੱਥੇ ਜਿਹੜੀ ਸ਼ਮੂਲੀਅਤ ਹੈ, ਉਹਦੇ ਬਾਰੇ ਥੋੜੀ ਜਿਹੀ ਸਾਨੂੰ ਗੱਲ ਦੱਸੋ। ਮੈਂ ਪਹਿਲਾਂ ਡਾਕਟਰ ਸਾਹਿਬ ਦੱਸ ਲਵਾਂ ਕਿ ਇਹ ਜਿਹੜਾ ਅੰਦੋਲਨ ਹੈ ਇਹ 3 ਕਾਨੂੰਨਾਂ ਤੇ 2 ਬਿੱਲਾਂ ਦੇ ਖਿਲਾਫ ਸ਼ੁਰੂ ਹੋਇਆ। ਜਿਹੜੇ 3 ਕਾਨੂੰਨ ਨੇ ਉਹਨਾਂ ਚੋਂ ਇੱਕ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜਿਹਨੂੰ ਅਸੀਂ ਸੰਸਾਰ ਵਪਾਰ ਸੰਸਥਾ ਕਹਿੰਦੇ ਹਾਂ ਪੰਜਾਬੀ ਚ, ਉਹਦੇ 2017 ਦੀ ਜਿਹੜੀ ਮੀਟਿੰਗ ਹੋਈ ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਚ, ਉੱਥੇ ਉਹਨਾਂ ਨੇ ਪਾਸ ਕਰਾ ਲਿਆ ਜਿਹੜੀਆਂ ਬਹੁਰਾਸ਼ਟਰੀ ਕੰਪਨੀਆਂ ਨੇ ਸਾਮਰਾਜੀਆਂ ਦੀਆਂ, ਕਿ ਕੋਈ ਦੇਸ਼ ਜਿਹੜਾ ਉਹ ਨਾ ਤਾਂ ਜਿਨਸਾਂ ਦੇ ਭਾਅ ਤੈਅ ਕਰ ਸਕਦਾ ਤੇ ਨਾ ਹੀ ਕੋਈ ਸਰਕਾਰ ਮੰਡੀ ਦੇ ਵਿੱਚੋਂ ਕੋਈ ਅਨਾਜ ਖਰੀਦ ਸਕਦੀ ਹੈ, ਕਿਉਂਕਿ ਸੰਸਾਰ ਵਪਾਰ ਸੰਸਥਾ ਦੇ ਉਹਨਾਂ ਦੇ ਮੁਤਾਬਕ, ਸਾਮਰਾਜੀ ਕੰਪਨੀਆਂ ਮੁਤਾਬਕ ਇਹ ਜਿਹੜਾ ਭਾਅ ਤੈਅ ਕਰਨਾ, ਜਿਹਨੂੰ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ, ਇਹ ਵੀ ਸਬਸਿਡੀ ਚ ਆਉਂਦਾ ਤੇ ਸਰਕਾਰ ਜਿਹੜਾ ਅਨਾਜ ਖਰੀਦਦੀ ਹੈ ਇਹ ਵੀ ਸਬਸਿਡੀ ਹੈ। ਤਾਂ ਇਹ ਜਿੰਨੇ ਦੇਸ਼ ਆ ਸਾਮਰਾਜੀ ਤੇ ਜਿੰਨੀਆਂ ਕੰਪਨੀਆਂ, ਇਹ ਗਰੀਬ ਦੇਸ਼ਾਂ ਦੇ ਖਿਲਾਫ ਇਹ ਕਰ ਰਹੀਆਂ ਸੀ ਪ੍ਰਚਾਰ ਕਿ ਸਰਕਾਰਾਂ ਇਹਨਾਂ ਨੂੰ ਸਬਸਿਡੀ ਦੇ ਰਹੀਆਂ, ਤੇ ਖੁੱਲੀ ਮੰਡੀ ਦਾ ਸਿਧਾਂਤ ਜਿਹੜਾ ਉਹ ਲਾਗੂ ਹੋਣਾ ਚਾਹੀਦਾ, ਤਾਂ ਇਹ ਬੰਦ ਕਰਨੀ ਚਾਹੀਦੀ ਹੈ। ਤੇ 2017 ਚ ਇਹ ਕਾਮਯਾਬ ਹੋ ਗਏ ਇਹਨੂੰ ਇਹਦੇ ਦਸਤਖਤ ਕਰਾਉਣ ਲਈ ਸਾਰੇ ਦੇਸ਼ਾਂ ਦੇ, ਤੇ ਭਾਰਤ ਵੱਲੋਂ ਜਿਹੜੀ ਅੱਜ ਕੱਲ ਫਾਈਨਾਂਸ ਮਿਨਿਸਟਰ ਆ ਸ਼੍ਰੀਮਤੀ ਸੀਤਾ ਰਮਨ, ਉਹ ਦਸਤਖਤ ਕਰਕੇ ਆਈ, ਤਾਂ ਇਸ ਕਰਕੇ ਇਹਨੂੰ ਲਾਗੂ ਕੀਤਾ ਜਾ ਰਿਹਾ, ਖੁੱਲੀ ਮੰਡੀ ਦਾ ਸਿਧਾਂਤ ਜਿਹੜਾ ਇਸ ਬਿੱਲ ਚ ਲਾਗੂ ਕਰ ਦਿੱਤਾ। ਦੂਸਰਾ, ਜਿਹੜੇ ਅੰਤਰਰਾਸ਼ਟਰੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਤੇ ਉਹਨਾਂ ਨਾਲ ਮਿਲ ਕੇ ਥੋੜੀ ਬਹੁਤੀ ਸਾਂਝ ਭਿਆਲੀ ਕਰਕੇ ਜਿਹੜੇ ਭਾਰਤੀ ਕਾਰਪੋਰੇਟ ਨੇ ਇਹ ਮੰਡੀ ਦੇ ਕਬਜ਼ਾ ਕਰਕੇ ਕਿਸਾਨਾਂ ਦਾ ਅਨਾਜ ਖਰੀਦ ਕੇ ਤੇ ਉਹਨੂੰ ਮਹਿੰਗੇ ਭਾਅ ਵੇਚਣ ਲਈ ਜਿਹੜਾ ਸਟੋਰ ਕਰਕੇ, ਤਾਂ ਇਹ ਨਵਾਂ ਬਿੱਲ, ਨਵਾਂ ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜੀ ਆ ਹੋਲਡਿੰਗ ਤੇ ਬਲੈਕ ਮਾਰਕੀਟਿੰਗ ਇਹਨੂੰ ਕਾਨੂੰਨੀ ਰੂਪ ਦੇ ਦਿੱਤਾ। ਤਾਂ ਤੀਸਰਾ ਜਿਹੜਾ ਕਾਰਪੋਰੇਟ ਮਾਡਲ ਹੈ ਜਿਹਦੇ ਤਹਿਤ ਇਹ ਵਿਦੇਸ਼ੀ ਕੰਪਨੀਆਂ ਜਿਹਨਾਂ ਚ ਕਾਰਗਿਲ ਵਗੈਰਾ, ਮਿਨਸੈਂਟੋ, ਇਹ ਵੱਡੇ ਵੱਡੇ ਫਾਰਮ ਬਣਾ ਰਹੀਆਂ ਗਰੀਬ ਦੇਸ਼ਾਂ ਦੇ ਵਿੱਚ, ਤਾਂ ਇਹ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਚੋਂ ਬਾਹਰ ਕਰਨ ਵਾਸਤੇ ਇਹ ਕਾਰਪੋਰੇਟ ਮਾਡਲ ਦਾ ਕਾਨੂੰਨ ਪਾਸ ਕਰ ਲਿਆ। ਇਹ 3 ਕਾਨੂੰਨ ਨੇ, 2 ਬਿੱਲ ਨੇ, ਇੱਕ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਪੰਜਾਬ ਚ ਉਹਨਾਂ ਨੂੰ 1 ਕਰੋੜ ਰੁਪਇਆ ਜੁਰਮਾਨਾ ਦੇ, 1 ਕਰੋੜ ਰੁਪਇਆ ਜੁਰਮਾਨਾ, 5 ਸਾਲ ਦੀ ਕੈਦ ਹੋਊਗੀ ਜਿਹੜਾ ਪਰਾਲੀ ਨੂੰ ਅੱਗ ਲਾਊਗਾ। ਤੇ ਨਾਲ ਜਿਹੜੇ ਬਿਜਲੀ ਆ ਜਿਹੜੀ ਰਾਜਾਂ ਦੇ ਅਧਿਕਾਰ ਖੇਤਰ ਚ ਆਉਂਦੀ ਸੀ ਤੇ ਉਹ ਬਿੱਲ ਲੈਣ ਦਾ ਕਿ ਉਹ ਕੇਂਦਰ ਜਿਹੜਾ ਬਿਜਲੀ ਸਾਰੇ ਦੇਸ਼ ਦੀ ਬਿਜਲੀ ਦੇ ਕੰਟਰੋਲ ਕੇਂਦਰ ਦਾ ਹੋਊਗਾ। ਤਾਂ ਏਦਾਂ ਇਹ ਵਿਰੋਧ ਜਿਹੜਾ ਇਹ ਸ਼ੁਰੂ ਹੋਇਆ ਦੇਸ਼ ਦੇ ਅੰਦਰ, ਤਾਂ ਇਹਦਾ ਜਿਹੜਾ ਜਨ ਆਧਾਰ ਆ ਉਹ ਪੰਜਾਬ ਚ ਬਣਿਆ, ਕਿਉਂਕਿ ਪੰਜਾਬ ਦੇ ਵਿੱਚ ਇਹ ਹਰੇ ਇਨਕਲਾਬ ਦੇ ਮਾਡਲ ਤੋਂ ਬਾਅਦ ਜਿਹੜੀ ਇਹ ਮੰਡੀ ਵਾਲੀ ਖੇਤੀ ਸ਼ੁਰੂ ਹੋਈ ਆ, ਜਿਹਨੂੰ ਆਪਾਂ ਕਮੋਡਿਟੀ ਮਾਰਕੀਟਿੰਗ ਕਹਿੰਦੇ ਹਾਂ, ਤਾਂ ਉਹ ਸਭ ਤੋਂ ਵੱਧ ਸੇਕ ਪੰਜਾਬ ਹਰਿਆਣੇ ਨੂੰ ਲੱਗਣਾ ਸੀ ਤੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਉਹ ਇਸ ਅੰਦੋਲਨ ਦੇ ਰਾਹ ਪਏ ਆ। ਹੁਣ ਇੱਥੇ ਇਸ ਵੇਲੇ ਜਿਹੜਾ ਸਿੰਘੂ ਬਾਰਡਰ ਆ ਜਿੱਥੇ ਮੈਂ ਬੈਠਾ, ਇੱਥੇ ਜਿੱਥੇ ਅਸੀਂ ਸਟੇਜ ਲਾਉਂਦੇ ਐਂਡ ਦੇ ਉੱਤੇ, ਉੱਥੋਂ ਲੈ ਕੇ ਤੇ ਸੋਨੀਪਤ ਤੱਕ, ਸਿੰਘੂ ਬਾਰਡਰ ਤੋਂ ਸੋਨੀਪਤ ਤੱਕ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ, ਤਾਂ ਉਹਦੇ ਵਿੱਚ ਹੀ ਉਹ ਸੁਣਦੇ ਆ
ਤੇ ਉੱਥੇ ਹੀ ਉਹਨਾਂ ਨੇ ਆਪਣਾ ਭੋਜਨ ਦਾ ਪ੍ਰਬੰਧ ਕੀਤਾ ਹੋਇਆ। ਕੁਝ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹਨਾਂ ਨੇ ਲੰਗਰ ਲਾਏ ਹੋਏ ਆ, ਕੋਈ ਕਿਸਾਨ ਆਪਣਾ ਰਾਸ਼ਨ ਪਾਣੀ ਨਾਲ ਲੈ ਕੇ ਆਏ ਆ। ਤਾਂ ਇਸ ਤਰ੍ਹਾਂ ਇੱਥੇ ਪਿਛਲੇ 23 ਦਿਨ ਤੋਂ ਜਿਹੜਾ ਉਹ ਕਿਸਾਨ ਡਟੇ ਹੋਏ ਆ, ਤੇ 2 ਬਾਰਡਰ ਨੇ, ਇਹ ਸਿੰਘੂ ਬਾਰਡਰ ਤੇ ਦੂਸਰਾ ਜਿਹੜਾ ਟਿਕਰੀ ਬਾਰਡਰ ਆ। ਟਿਕਰੀ ਬਾਰਡਰ ਤੇ ਮਾਲਵੇ ਦੇ ਕਿਸਾਨ ਬੈਠੇ ਹੋਏ ਆ। ਤਾਂ ਔਰਤਾਂ ਦੀ ਬੱਚਿਆਂ ਦੀ ਗਿਣਤੀ ਜ਼ਿਆਦੀ ਉਸ ਪਾਸੇ ਵੱਲ ਆ। ਇੱਥੇ ਜਿਹੜੇ ਬੱਚੇ ਨੇ, ਔਰਤਾਂ ਨੇ, ਬੁੱਢੇ ਨੇ, ਉਸ ਤਰ੍ਹਾਂ ਬਾਕੀ ਜਿਵੇਂ ਪਿੰਡਾਂ ਵਿੱਚ ਘਰਾਂ 'ਚ ਲੋਕ ਰਹਿੰਦੇ ਆ, ਇਸੇ ਤਰ੍ਹਾਂ ਕੋਈ ਖਾਸ ਪ੍ਰਬੰਧ ਨਹੀਂ ਹੈ ਕਿ ਔਰਤਾਂ, ਬੱਚੇ ਜਾਂ ਬਜ਼ੁਰਗਾਂ ਨੂੰ ਕਿਸੇ ਇੱਕ ਪਾਸੇ ਕੀਤਾ ਹੋਇਆ। ਸਾਰੇ ਜਿਹੜੀ ਜਿਹੜੀ ਟਰਾਲੀ ਚੜ੍ਹ ਕੇ ਆਏ ਆ, ਜਿਹੜੇ ਜਿਹੜੇ ਪਿੰਡ 'ਚੋਂ ਆਏ ਆ, ਉਸੇ ਹਿਸਾਬ ਨਾਲ ਬੈਠੇ ਆ, ਉਸੇ ਹਿਸਾਬ ਨਾਲ ਹੀ ਇੱਥੇ ਆਪਣਾ ਖਾਣਾ ਬਣ ਦਾਣਾ ਚੱਲਦਾ। ਤਾਂ ਜਿਹੜਾ ਇਹ ਏਰੀਆ ਹੈ, ਇਹ ਇੰਡਸਟਰੀਅਲ ਏਰੀਆ ਹੈ ਸਾਰਾ ਜਿੱਥੇ ਅਸੀਂ ਬੈਠੇ ਹਾਂ। ਤਾਂ ਇੱਥੇ ਕੁਛ ਇੰਡਸਟਰੀ ਬੰਦ ਹੋਈ ਹੈ ਸਾਡੇ ਜਾਮ ਨਾਲ, ਤੇ ਬਹੁਤ ਸਾਰੇ ਮਜ਼ਦੂਰ ਪਰਿਵਾਰ ਜਿਹੜੇ ਉਹ ਵਿਹਲੇ ਹੋ ਗਏ ਆ। ਤਾਂ ਇਹ ਜਿਹੜਾ ਸਾਡਾ ਲੰਗਰ ਲੱਗਦਾ ਹੈ ਜਾਂ ਜਿਹੜਾ ਅਸੀਂ ਭੋਜਨ ਬਣਾਉਂਦੇ ਹਾਂ, ਉਹਦੇ 'ਚ ਉਹ ਸਾਰੇ ਪਰਿਵਾਰ ਵੀ ਆ ਕੇ ਜਿਹੜੇ ਸ਼ਾਮਿਲ ਹੁੰਦੇ ਆ। ਬਹੁਤੇ ਉਹ ਪ੍ਰਵਾਸੀ ਨੇ ਜਿਹੜੇ ਯੂਪੀ ਬਿਹਾਰ ਤੋਂ ਆਏ ਨੇ, ਤੇ ਉਹਨਾਂ ਕੋਲ ਖਾਣ ਪੀਣ ਲਈ ਕੁਛ ਨਹੀਂ, ਫੈਕਟਰੀਆਂ ਬੰਦ ਹੋਣ ਕਰਕੇ। ਤਾਂ ਉਹ ਵੀ ਸਾਡੇ ਨਾਲ ਹੀ ਭੋਜਨ ਕਰਦੇ ਆ ਬੈਠ ਕੇ। ਜਿੱਥੋਂ ਤੱਕ ਡਾਕਟਰੀ ਸੇਵਾ ਦਾ ਸਵਾਲ ਹੈ, ਇੱਥੇ ਕੁਛ ਡਾਕਟਰ ਬੈਠੇ ਹੋਏ ਨੇ, ਮੁਫ਼ਤ ਦਵਾਈਆਂ ਮਿਲ ਰਹੀਆਂ। ਤਾਂ ਅਜੇ ਤੱਕ ਕਿਸੇ ਕਿਸਮ ਦੀ ਕੋਈ ਸਮੱਸਿਆ ਖਾਣੇ ਦਾਣੇ ਦੀ ਤੇ ਜਾਂ ਰਹਿਣ ਸਹਿਣ ਦੀ ਨਹੀਂ ਆਈ। ਬਹੁਤ ਠੰਡ ਪੈ ਰਹੀ ਜ਼ਬਰਦਸਤ, ਜਿਹਨੂੰ ਠੇਠ ਪੰਜਾਬੀ 'ਚ ਹੱਡ ਚੀਰ ਵੀ ਠੰਡ ਕਹਿੰਦੇ ਆ। ਹਵਾ ਉਹ ਆ ਰਹੀ ਆ ਪਹਾੜ ਦੇ ਉੱਤੋਂ, 2 ਡਿਗਰੀ ਦੇ ਨੇੜੇ ਟੈਂਪਰੇਚਰ ਰਹਿੰਦਾ। ਤੇ ਇਸ ਅਵਸਥਾ ਦੇ ਵਿੱਚ ਵੀ ਕਿਸਾਨ ਜਿਹੜੇ ਆ ਉਹ ਇੱਥੇ ਡਟੇ ਹੋਏ ਆ, ਤੇ ਉਹ ਇਹ ਧਾਈਆ ਕਰਕੇ ਬੈਠੇ ਹੋਏ ਆ ਕਿ ਜਦ ਤੱਕ ਮੋਦੀ ਦੀ ਸਰਕਾਰ ਇਹ ਕਿਸਾਨ ਵਿਰੋਧੀ ਜਿਹੜੇ ਫੈਸਲੇ ਆ, ਜਿਹੜੇ ਕਾਨੂੰਨ ਆ ਲਾਗੂ, ਜਿਹੜੇ ਵਾਪਸ ਨਹੀਂ ਲੈਂਦੀ, ਤਾਂ ਉਹਨਾਂ ਚਿਰ ਅਸੀਂ ਡਟੇ ਰਵਾਂਗੇ। ਤੇ ਠੰਡ ਦਾ ਜਿਹੜਾ ਜ਼ੋਰ ਵਾਲਾ ਸੀਜ਼ਨ ਹੈ ਉਹ ਲੰਘ ਰਿਹਾ, ਉਹਦੇ ਵਿੱਚ ਕਿਸਾਨਾਂ ਦੀਆਂ ਸ਼ਹੀਦੀਆਂ ਵੀ ਹੋ ਰਹੀਆਂ, ਤੇ ਕੁਝ ਐਕਸੀਡੈਂਟਾਂ ਕਾਰਨ ਜਿਹੜੇ ਜਾ ਰਹੇ ਆ ਜਾਂ ਆ ਰਹੇ ਆ ਉਹਨਾਂ ਕਰਕੇ ਮੌਤਾਂ ਹੋਈਆਂ। ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਦੇ ਕੁਝ ਹਾਰਟ ਅਟੈਕ ਵੀ ਹੋਏ ਆ। ਤਾਂ ਇਸ ਤਰ੍ਹਾਂ ਦੀ ਅਵਸਥਾ ਚੱਲ ਰਹੀ ਜੀ ਡਾਕਟਰ ਸਾਹਿਬ ਇੱਥੇ। ਸ਼ੁਕਰੀਆ ਦਤਾਰ ਸਾਹਿਬ ਆਪਣਾ ਦੱਸਣ ਦਾ। ਪੂਰਾ ਸਿਚੁਏਸ਼ਨ ਯਕੀਨ ਬੜੀ ਖਰਾਬ ਸਿਚੁਏਸ਼ਨ ਹੈ ਪੂਰੇ ਕਿਸਾਨਾਂ ਵਾਸਤੇ। ਜਿਹੜਾ ਤੁਸੀਂ ਸਹੀ ਗੱਲ ਕੀਤੀ ਹੈ ਕਿ 2017 ਵਿੱਚ ਬਾਲੀ 'ਚ ਜਿਹੜਾ ਫੈਸਲੇ ਹੋਏ ਨੇ ਉੱਥੇ ਉੱਥੇ ਕਾਫੀ ਦੁਨੀਆ ਜਿਹੜੇ ਨੇ ਉਹਨਾਂ ਦੇ ਨੁਮਾਇੰਦੇ ਉੱਥੇ ਮੌਜੂਦ ਹੋਣੇ ਨੇ, ਉਹਨਾਂ ਨੇ ਦਸਤਖਤ ਕੀਤੇ ਹੋਣਗੇ। ਅਸਰ ਜਿਹੜਾ ਉੱਥੇ ਫੈਸਲੇ ਹੋਏ ਨੇ ਉਹਦਾ ਅਸਰ ਬਾਕੀ ਕਿਸਾਨਾਂ, ਦੁਨੀਆਂ ਦੇ ਕਿਸਾਨਾਂ ਵਿੱਚ ਵੀ ਉੱਚ ਵੀ ਹੋਏਗਾ, ਦੁਨੀਆਂ ਦੇ ਮਜ਼ਦੂਰਾਂ ਉੱਤੇ ਵੀ ਹੋਏਗਾ। ਮੈਂ ਪਰਸੋਂ ਸਪੀਚ ਕੀਤੀ ਜਿਹੜੀ ਸਟੇਜ ਤੇ, ਰਿਕਾਰਡ ਵੀ ਹੋਈ ਆ ਫੇਸਬੁੱਕ ਤੇ ਵੀ ਮੇਰਾ ਖਿਆਲ ਆ ਗਈ ਹੈ। ਉਹਦੇ ਵਿੱਚ ਮੈਂ ਇਹੀ ਸਵਾਲ ਮੁੱਖ ਤੌਰ ਤੇ ਦੱਸਿਆ ਕਿ ਸਰਕਾਰ ਨੂੰ ਜੇ ਲੋਕਤੰਤਰ ਹੈ ਤੇ ਲੋਕਾਂ ਨੂੰ ਦੱਸਣਾ ਚਾਹੀਦਾ ਸੀ ਕਿ ਅਸੀਂ ਇਸ ਸੰਸਥਾ ਦੇ ਮੈਂਬਰ ਹਾਂ, ਇਸ ਸੰਸਥਾ 'ਚ ਆਹ ਸਮਝੌਤਾ ਹੋਇਆ, ਸਰਕਾਰ ਨੇ ਸਮਝੌਤਾ ਕੀਤਾ, ਤਾਂ ਇਹ ਲਾਗੂ ਕਰ ਰਹੇ ਹਾਂ ਅਸੀਂ। ਤਾਂ ਇਸ ਵੇਲੇ ਹੁਣ ਜਿੱਥੇ ਸਰਕਾਰ ਖੜੀ ਹੈ, ਸਰਕਾਰ ਇਹ ਗੱਲ ਦੱਸਣ ਨੂੰ ਤਿਆਰ ਨਹੀਂ, ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਇਹ ਸਮਝੌਤਾ ਕਰਕੇ ਆਏ, ਤਾਂ ਅਸੀਂ ਖੁੱਲੀ ਮੰਡੀ ਕਰਨ ਲੱਗੇ ਹਾਂ। ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ MSP ਦਾ ਧਾਰੂਨ ਲਿਖ ਕੇ ਦੇ ਦਿੰਦੇ ਹਾਂ ਇੰਸ਼ੋਰੈਂਸ, ਵੀ ਅਸੀਂ MSP ਖਤਮ ਨਹੀਂ ਕਰਾਂਗੇ। ਪਰ ਜਦੋਂ ਇਹ 2017 ਵਿੱਚ 2017 ਦੇ ਸਮਝੌਤਾ ਕਰਕੇ ਆਏ ਆ, ਤੇ ਇਹਨਾਂ 2018 ਦੇ ਵਿੱਚ ਇੱਕ ਕਮੇਟੀ ਬਣਾ ਕੇ ਸ਼ਾਂਤਾ ਕੁਮਾਰ ਦੀ ਅਗਵਾਈ 'ਚ ਤਾਂ ਇਹ ਫੈਸਲਾ ਕਰਤਾ ਕਿ FCI ਜਿਹੜੀ ਇਹਦਾ ਹੁਣ ਕੋਈ ਮਤਲਬ ਨਹੀਂ ਨਿਕਲਦਾ, ਇਹ ਉੱਤਰੀ ਭਾਰਤ 'ਚੋਂ ਜਿਹੜਾ ਅਨਾਜ ਨਹੀਂ ਖਰੀਦੂਗੀ। ਤਾਂ ਫਿਰ ਕਹਿਤਾ ਕਿ ਜਿਹੜੇ ਰਾਜ ਆਪ ਖਰੀਦਣ ਦੇ ਸਮਰੱਥ ਆ, ਉੱਥੋਂ ਹੁਣ ਸਾਨੂੰ ਖਰੀਦਣ ਦੀ ਲੋੜ ਨਹੀਂ। ਤਾਂ ਇਸ ਤਰ੍ਹਾਂ ਇਹਨਾਂ ਨੇ ਜਿਹੜੀ ਦੇਸ਼ 'ਚ ਅਨਾਜ ਖਰੀਦਣ ਵਾਲੀ ਵੱਡੀ ਜਿਹੜੀ ਕੰਪਨੀ ਆ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਉਹਨੂੰ ਨਕਾਰਾਤਮਕ ਬਣਾ ਦਿੱਤਾ। ਤੇ MSP ਦੀ ਇੰਸ਼ੋਰੈਂਸ ਸਾਨੂੰ ਦੇ ਵੀ ਦੇਣਗੇ, ਤੇ ਜੇ ਅਨਾਜ ਖਰੀਦਣ ਵਾਲੀ ਜਿਹੜੀ ਆ ਉਹ ਜਿਹੜੀ ਸੰਸਥਾ ਉਹੀ ਕਲੋਜ਼ ਕਰ ਰਹੇ ਆ ਤੇ ਬੰਦ ਕਰ ਦਿੱਤੀ ਹੈ, ਅਸੀਂ ਖਾਲੀ MSP ਨੂੰ ਕੀ ਕਰਨਾ ਜਦੋਂ ਕੁਛ ਖਰੀਦਾ ਨਹੀਂ।
ਪਹਿਲਾਂ ਵੀ 23 ਜਿਨਸਾਂ ਦੇ ਉੱਤੇ MSP ਹੈ, ਪਰ ਝੋਨਾ ਕਣਕ ਖਰੀਦਿਆ ਜਾ ਰਿਹਾ, ਬਾਕੀ ਕਣਕ ਬਾਕੀ MSP ਹੈਗੀ ਪਰ ਸਰਕਾਰ ਖਰੀਦੀ ਨੀ। ਜਿਵੇਂ ਕਿ ਮੱਕੀ ਹੈ ਉਹਦੀ MSP ਜਿਹੜੀ ਹੈ ਉਹ 1700 ਸਮਥਿੰਗ ਹੈ, ਲੇਕਿਨ ਉਹ ਪੰਜਾਬ ਦੇ ਵਿੱਚ ਪਿਛਲੇ 3-4 ਸਾਲਾਂ ਤੋਂ 600-700 ਰੁਪਇਆ ਵਿਕਦੀ ਹੈ ਕਿਉਂਕਿ ਸਰਕਾਰ ਖਰੀਦਣ ਨੀ ਆਉਂਦੀ। ਤੋ MSP ਦਾ ਹੋਣਾ ਜਾਂ ਨਾ ਹੋਣਾ ਮਾਇਨੇ ਨਹੀਂ ਰੱਖਦਾ, ਸਵਾਲ ਹੈ ਕਿ ਸਰਕਾਰ ਦੀ ਇੱਛਾ ਹੈ ਉਹ ਖਰੀਦਣ ਦੀ ਕਿ ਨਹੀਂ। ਉਹ ਸਰਕਾਰ ਦੀ ਇੱਛਾ ਪਹਿਲਾਂ ਹੀ ਨਹੀਂ ਤੇ ਹੁਣ ਉਹਨੂੰ ਕਾਨੂੰਨੀ ਰੂਪ ਦੇ ਤਾ ਖੁੱਲੀ ਮੰਡੀ ਦਾ, ਇਹਦਾ ਮਤਲਬ ਹੈ ਕਿ ਜੋ ਕਿਸਾਨ ਨੂੰ ਪਹਿਲਾਂ ਮਿਲਦਾ ਸੀ, ਪਹਿਲਾਂ ਵੀ ਤਾਂ ਜਿਹੜੀ ਆ ਲਾਗਤ ਆ ਉਹਦੇ ਵਿੱਚੋਂ 100 ਦੇ ਵਿੱਚੋਂ 70% ਉਹਨੂੰ ਮਿਲ ਰਿਹਾ। MSP ਹੁੰਦਿਆਂ ਹੋਇਆਂ ਵੀ ਕਿਸਾਨ ਦੀ ਜਿਹੜੀ ਲਾਗਤ ਉਹ ਵਾਪਸ ਨਹੀਂ ਹੋ ਰਹੀ। MSP ਕਿਸਾਨ ਦੀ ਲਾਗਤ ਦਾ 70% ਦੇ ਰਹੀ ਹੈ, ਇਹੀ ਕਾਰਨ ਹੈ ਲਾਗਤ ਪੂਰੀ ਨਹੀਂ ਹੁੰਦੀ, ਬੈਂਕਾਂ ਤੋਂ ਲੈ ਲੋਨ ਵਾਪਸ ਨਹੀਂ ਹੁੰਦੇ, ਆੜ੍ਹਤੀਆਂ ਦੇ ਲੋਨ ਵਾਪਸ ਨਹੀਂ ਹੁੰਦੇ, ਜਿਹੜਾ ਕਰਜ਼ਾ ਜ਼ਿਆਦਾ ਚੜ ਗਿਆ ਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਇਹ ਸਰਕਾਰ ਦੀ ਪਹਿਲਾਂ ਹੀ ਜਿਹੜੀ ਨੀਤੀ ਹੈ ਉਹੀ ਕਿਸਾਨ ਵਿਰੋਧੀ ਹੈ। ਇੱਕ ਤੇ ਦਤਾਰ ਸਿੰਘ ਜੀ ਤੁਸੀਂ ਬਿਲਕੁਲ ਸਹੀ ਦੱਸਿਆ ਕਿ ਕਿਸਾਨ ਕਾਫੀ ਕਰ ਰਹੇ ਨੇ, ਤੇ ਜਿਹੜਾ ਇਨ ਕਾਨੂੰਨ ਦੇ ਪਾਸ ਹੋਣ ਨਾਲ ਕਿਸਾਨ ਹੋਰ ਕੀ ਕੀ ਮਸਲੇ ਆਣਗੇ ਉਹਨਾਂ ਦੇ ਮਾਸ਼ੀ ਤੌਰ ਤੇ, ਉਹਨਾਂ ਦੇ ਸਮਾਜੀ ਤੌਰ ਤੇ? ਉਹਦੇ ਜੋ ਇਹਨਾਂ ਨੇ ਪਾਸ ਕੀਤਾ ਜੇ ਇਹ ਲਾਗੂ ਹੁੰਦਾ ਤਾਂ ਪਹਿਲਾ ਜਿਹੜਾ ਹੈਗਾ ਕਾਨੂੰਨ ਖੁੱਲੀ ਮੰਡੀ ਵਾਲਾ, ਉਹਦੇ ਚ ਇਹਨਾਂ ਨੇ ਆਪ ਪਿੱਛੇ ਹਟਣ ਲਈ ਜਿਹੜਾ 2-tier ਸਿਸਟਮ ਲਾਗੂ ਕਰਤਾ ਕਿ ਸਰਕਾਰ ਦੀ ਮੰਡੀ ਵੀ ਹੋਊਗੀ ਜੀ ਤੇ ਪ੍ਰਾਈਵੇਟ ਮੰਡੀ ਵੀ ਲਾ ਕੇ ਖੁੱਲ ਜਾਊਗੀ। ਜਿਹੜਾ 8% ਟੈਕਸ ਲੱਗਦਾ ਉੱਥੇ ਅਨਾਜ ਦੇ ਉੱਤੇ, ਜਿਹਦੇ ਨਾਲ ਪੰਜਾਬ ਨੂੰ ਲਗਭਗ 3500 ਕਰੋੜ ਦੀ ਆਮਦਨ ਹੈ, ਜਿਹੜੀ ਸੜਕਾਂ ਪਿੰਡਾਂ ਦੀਆਂ ਬਣਾਉਣ ਲਈ, ਮੰਡੀਆਂ ਰਿਪੇਅਰ ਕਰਨ ਲਈ, ਇਹ ਸਾਰਾ ਪੈਸਾ ਉੱਥੇ ਖਰਚਿਆ ਜਾਂਦਾ। ਤਾਂ ਉਹ ਜਿਹੜਾ ਪ੍ਰਾਈਵੇਟ ਜਿਹੜਾ ਹੈਗਾ ਮੰਡੀ ਵਾਲਾ ਉਹਦੇ ਤੇ ਉਹਨੂੰ ਛੋਟ ਦੇ ਦਿੱਤੀ ਕਿ ਤੇਰੇ ਤੇ 8% ਟੈਕਸ ਨਹੀਂ ਲੱਗੂਗਾ। ਉਹ ਸਾਫ਼ ਗੱਲ ਹੈ ਕਿ 154 ਰੁਪਈਏ ਕੁਇੰਟਲ ਦਾ ਫਰਕ ਪੈ ਜੂ ਝੋਨੇ ਦੇ, 167 ਰੁਪਈਏ ਕੁਇੰਟਲ ਦਾ ਫਰਕ ਪੈ ਜੂਗਾ ਕਣਕ ਦੇ ਉੱਤੇ, ਤੇ ਕਿਸਾਨ ਜਿਹੜਾ ਉਹ ਸਰਕਾਰੀ ਮੰਡੀ ਚ ਨਹੀਂ ਜਾਊਗਾ ਕਿਉਂਕਿ ਉਹਨੂੰ 1 ਕੁਇੰਟਲ ਪਿੱਛੇ ਜਦੋਂ 154 ਰੁਪਈਏ ਵੱਧ ਮਿਲਦੇ ਆ ਤੇ ਉਹ ਪ੍ਰਾਈਵੇਟ ਮੰਡੀ ਚ ਜਾਊਗਾ, ਤੇ ਸਰਕਾਰ 1-2 ਸਾਲ ਬਾਅਦ ਕਹਿ ਦੂਗੀ ਕਿ ਲੋਕ ਪ੍ਰਾਈਵੇਟ ਮੰਡੀ ਨੂੰ ਬਹੁਤ ਪਸੰਦ ਕਰਦੇ ਆ, ਇਸ ਕਰਕੇ ਸਰਕਾਰ ਨੇ ਸਰਕਾਰੀ ਮੰਡੀ ਬੰਦ ਕਰਤੀ। ਜਦੋਂ ਸਰਕਾਰੀ ਮੰਡੀ ਬੰਦ ਹੋਜੂ ਤਾਂ ਜਿਹੜੇ ਇਸ ਵੇਲੇ ਕਿਸਾਨ ਨੂੰ ਕੋਈ 1800 ਰੁਪਇਆ ਕੁਇੰਟਲ ਜਿਹੜਾ ਮਿਲਦਾ ਝੋਨੇ ਦਾ, ਤੇ ਉਹ 1000 ਤੋਂ ਥੱਲੇ ਕਰ ਦੇਣਗੇ, ਜਿੱਦਾਂ UP ਬਿਹਾਰ ਚੱਲ ਰਿਹਾ। ਸਪਸ਼ਟ ਹੈਗਾ ਕਿ ਇਹ ਚੀਜ਼ ਜਿਹੜੀ ਉਹ ਲਾਗੂ ਹੋਊਗੀ। ਜਿਹੜਾ ਜਮਾਖੋਰੀ ਵਾਲਾ, ਜੇ ਉਹ ਲਾਗੂ ਹੁੰਦਾ, ਅਜੇ ਹੁਣ ਜਦੋਂ ਪਾਸ ਹੋਇਆ ਖਾਣ ਪੀਣ ਵਾਲੀਆਂ ਵਸਤਾਂ ਦੀ ਜਮਾਖੋਰੀ ਦਾ, ਉਹ ਜਿਹੜਾ ਅੰਗਰੇਜ਼ੀ ਚ ਹੈਗਾ ਸੈਂਸ਼ਲ ਕਮੋਡਿਟੀਜ਼ ਅਮੈਂਡਮੈਂਟ ਐਕਟ, ਜ਼ਰੂਰੀ ਸੇਵਾਵਾਂ ਸੋਧ ਕਾਨੂੰਨ ਜਿਹੜਾ, ਉਹਦੇ ਤਹਿਤ ਟਮਾਟਰ ਪਿਆਜ਼ ਤੇ ਇਹਦੀ ਇੱਕਦਮ ਪਾਸ ਹੁੰਦਿਆਂ ਹੀ ਮੰਡੀਆਂ ਦੇ ਵਿੱਚ ਇਹ ਕੋਈ 10-15 ਰੁਪਈਏ ਤੋਂ 50 ਰੁਪਈਏ ਤੱਕ ਚਲੇ ਗਿਆ। ਕਦੀ ਲੋਕਾਂ ਨੇ 40-45 ਰੁਪਈਏ ਕਿਲੋ ਆਲੂ ਸੁਣੇ ਹੀ ਨਹੀਂ। ਤਾਂ ਇਹ ਸ਼ੁਰੂਆਤ ਹੀ ਇਹਦੀ ਏਦਾਂ ਦੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਕਿਸਾਨਾਂ ਦੇ ਉੱਤੇ ਇਹਦਾ ਅਸਰ ਹੋਣਾ। ਜਿਹੜੇ ਸ਼ਹਿਰ ਦੇ ਵਿੱਚ ਰਹਿ ਰਹੇ ਲੋਕ ਆ, ਮੱਧ ਵਰਗ ਆ, ਕੋਈ ਵੀ ਆ, ਮਜ਼ਦੂਰ ਆ, ਉਹਨਾਂ ਦੇ ਉੱਤੇ ਇਹਦਾ ਬਹੁਤ ਜਿਹੜਾ ਮਾਰੂ ਅਸਰ ਹੋਣਾ। ਜਿਹੜਾ ਕਾਰਪੋਰੇਟ ਮਾਡਲ ਹੈ ਉਹ ਅੱਗੇ ਸਾਡੇ ਦੇਸ਼ ਵਿੱਚ ਥੋੜਾ ਜਿਹਾ ਲਾਗੂ ਆ। ਕਰਨਾਟਕ ਦੇ ਵਿੱਚ ਕਾਰਗਿਲ ਕੰਪਨੀ ਦੇ 50-50 ਹਜ਼ਾਰ ਏਕੜ ਦੇ ਜਿਹੜੇ ਫਾਰਮ ਹੈ, ਉੱਥੇ ਬੜੀ ਮੁਸ਼ਕਲ ਆ ਰਹੀ ਹੈ ਕਿਸਾਨਾਂ ਨੂੰ। ਉਹ ਆਪਣੀ ਮਰਜ਼ੀ ਨਾਲ ਕਿਸਾਨਾਂ ਨੂੰ ਕਹਿੰਦੇ ਤੁਹਾਨੂੰ ਆਹ ਨੀ ਬੀਜਣ ਦੇਣਾ, 10-10 ਕਿਲੋਮੀਟਰ ਦੇ ਵਿੱਚ ਤੁਸੀਂ ਆਹ ਨੀ ਬੀਜ ਸਕਦੇ ਹੋ, ਉੱਥੇ ਅੱਗੇ ਝਗੜੇ ਹੋ ਰਹੇ। ਪਰ ਜਿਹੜਾ ਜਦੋਂ ਕਾਰਪੋਰੇਟ ਮਾਡਲ ਇੱਥੇ ਆ ਗਿਆ, ਜਿਹੜਾ ਇਹਨਾਂ ਦੀ ਪ੍ਰਪੋਜ਼ਲ ਹੈ ਕਿ 500 ਏਕੜ ਤੋਂ ਘੱਟ ਕੋਈ ਛੋਟੇ ਤੋਂ ਛੋਟਾ ਫਾਰਮ ਵੀ ਨਹੀਂ ਹੋਊਗਾ, ਤਾਂ ਉਹਦੇ ਨਾਲ ਲਗਭਗ 75 ਕਰੋੜ ਕਿਸਾਨ ਜਿਹੜਾ ਉਹਨੇ ਸੜਕ ਤੇ ਆ ਜਾਣਾ। ਜੇ ਯੂਰਪੀਨ ਟਾਈਪ ਕਾਰਪੋਰੇਟ ਮਾਡਲ ਲਾਗੂ ਹੋਊਗਾ ਤਾਂ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਇਮਾਨਦਾਰੀ ਨਾਲ ਦੱਸੋ ਕਿ ਯੂਰਪ ਦੇ ਵਿੱਚ ਤੇ ਲੋਕਾਂ ਨੂੰ ਖੇਤੀ ਤੋਂ ਚੁੱਕ ਕੇ ਸ਼ਹਿਰਾਂ ਚ ਲਿਆਂਦਾ ਤੇ ਉੱਥੇ ਕਾਰਖਾਨੇ ਸੀ, ਉਹ ਸ਼ਹਿਰਾਂ ਚ ਐਡਜਸਟ ਹੋ ਗਏ। ਅੱਜ ਯੂਰਪ ਦੇ ਕਾਰਪੋਰੇਟ ਖੇਤਰ ਦੇ ਵਿੱਚ 3% ਕਿਸਾਨ ਹੈ, ਸਾਡੇ ਇੱਥੇ ਖੇਤੀ ਦੇ 62% ਕਿਸਾਨ ਹੈ। ਜੇ 62% ਚੁੱਕ ਕੇ ਸ਼ਹਿਰਾਂ ਦੇ ਅੰਦਰ ਲਿਆਂਦਾ ਜਾਂਦਾ
ਇਹ 62-60 ਰਹਿਣ ਦੇਣਗੇ 2% ਖੇਤੀ ਕਰੂਗਾ ਜਾਂ 3% ਖੇਤੀ ਕਰੂਗਾ ਤੇ ਬਾਕੀ ਇੰਨੀ ਜਿਹੜੀ ਸਾਡੀ ਵਸੋਂ ਜਿਹੜੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ ਉਹ ਸ਼ਹਿਰਾਂ ਜਾ ਕੇ ਕੀ ਕਰੇਗੀ ਜਦੋਂ ਕਿ ਸਾਡੇ ਕੋਲ ਇੰਡਸਟਰੀ ਹੈ ਨੀ ਕੋਈ ਸਾਡੇ ਜਿਹੜਾ ਮਾਡਲ ਹੈ ਉਹ ਤਾਂ ਬਹੁਰਾਸ਼ਟਰੀ ਕੰਪਨੀਆਂ ਜਿਹੜੀਆਂ ਉਹਨਾਂ ਦਾ ਦਬਦਬਾ 47 ਤੋਂ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਭਗਤ ਸਿੰਘ ਹੋਣਾ ਦੀ ਭਵਿੱਖਬਾਣੀ ਜਿਹੜੀ 101% ਠੀਕ ਹੋਈ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਜੇ ਅਸੀਂ ਜਿੱਤੇ ਤਾਂ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਸਤਾ ਹੋਊ ਜੇ ਨਹਿਰੂ ਗਾਂਧੀ ਦੀ ਕਾਂਗਰਸ ਜਿੱਤੀ ਤੇ ਅੰਗਰੇਜ਼ ਬਾਹਰ ਬੈਠੇ ਲੁੱਟਣਗੇ ਤਾਂ ਜਿੰਨਾ ਹਰੇ ਇਨਕਲਾਬ ਦੇ ਨਾਂ ਥੱਲੇ ਇਹ ਰਸਾਇਣਕ ਮਾਡਲ ਦੇ ਵਿੱਚ ਕਿਸਾਨਾਂ ਦੀ ਪਹਿਲਾਂ ਜਿੰਨੀ ਲੁੱਟ ਹੋਈ ਹੈ ਤੁਸੀਂ ਦੇਖੋ ਜਿਹੜਾ ਦੇਸੀ ਮਾਡਲ ਸੀ ਉਹਦੇ ਚ ਕਿਸਾਨ ਕਦੀ 100 ਰੁਪਏ ਦਾ ਕਰਜਾਈ ਨੀ ਸੀ ਹੁੰਦਾ ਤੇ ਹੁਣ ਹਰ ਚੀਜ਼ ਜਿਹੜੀ ਆ ਉਹ ਦੁਕਾਨ ਤੋਂ ਲੈਣੀ ਪੈਂਦੀ ਹੈ ਤੇ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਬਹੁਰਾਸ਼ਟਰੀ ਕੰਪਨੀਆਂ ਦੀਆਂ ਜਿਹੜੀਆਂ ਟਰੈਕਟਰ ਸਾਰੇ ਇਹਨਾਂ ਦੇ ਹੈ ਸਾਰੀ ਖਾਦ ਇਹਨਾਂ ਦੀ ਹੈ ਸਾਰਾ ਡੀਜ਼ਲ ਪੈਟਰੋਲ ਇਹਨਾਂ ਦਾ ਸਾਰੀਆਂ ਜਿਹੜੀਆਂ ਸਪਰੇ ਕਰਨ ਵਾਲੀਆਂ ਵਸਤਾਂ ਉਹ ਇਹਨਾਂ ਦੀਆਂ ਤਾਂ ਇਸ ਕਰਕੇ ਇਹ ਸਾਰਾ ਕੁਛ ਜਿਹੜਾ ਕੋਈ ਗੱਲ ਨਹੀਂ ਪਹਿਲਾਂ ਕਿਸਾਨਾਂ ਦੇ ਉੱਤੇ ਬਹੁਤ ਲੁੱਟ ਹੋਈ ਹੈ ਉਦੋਂ ਦੇ ਕਾਰਨ ਡਾਲਰਾਂ ਪਾਉਂਡਾਂ ਦੇ ਵਿੱਚ ਜਿਹੜਾ ਪੇਮੈਂਟ ਕਰਨੀ ਪਈ ਹੈ ਉਸ ਕਰਕੇ ਕਿਸਾਨਾਂ ਸਿਰ ਬਹੁਤ ਕਰਜ਼ਾ ਚੜਿਆ ਇਸ ਮਾਡਲ ਨੇ ਕਰਜ਼ਾਈ ਕੀਤਾ ਹੁਣ ਇਹ ਜਿਹੜੇ ਵੱਡੇ ਫਾਰਮ ਬਣਨਗੇ ਸਾਡੇ ਦੇਸ਼ ਚ ਇੰਡਸਟਰੀ ਪਹਿਲਾਂ ਹੈ ਨੀ ਜਿਹੜੀ ਸਮਾਲ ਸਕੇਲ ਇੰਡਸਟਰੀ ਸੀ ਉਹ ਜਦੋਂ ਮਨਮੋਹਨ ਸਿੰਘ ਨੇ ਸਮਝੌਤਾ ਕੀਤਾ 1991 ਦਾ IMF ਨਾਲ ਤਾਂ ਜਦੋਂ ਆਧਾਰਵਾਦੀ ਨੀਤੀ ਲਈ ਬਾਹਰਲੇ ਮਾਲ ਦੇ ਰਸਤੇ ਖੋਲੇ ਤਾਂ ਜਿਹੜੀ ਸਾਡੀ ਛੋਟੀ ਸਨਅਤ ਸੀ ਤੁਸੀਂ ਦੇਖੋ 10 ਸਾਲ ਪ੍ਰਧਾਨ ਮੰਤਰੀ ਦਾ ਮਨਮੋਹਨ ਸਿੰਘ ਤੇ 10 ਸਾਲਾਂ ਦੇ ਵਿੱਚ 5 ਲੱਖ ਛੋਟਾ ਕਾਰਖਾਨਾ ਬੰਦ ਹੋਇਆ ਛੋਟਾ ਰਿਹਾ ਨੀ ਵੱਡਾ ਵੀ ਜਿਹੜਾ ਉਹ ਇਸ ਕਰਕੇ ਨੀ ਕਿ ਬਾਹਰੋਂ ਮਾਲ ਆ ਰਿਹਾ ਸਾਡੇ ਕੋਲ ਇੰਡਸਟਰੀ ਹੈ ਨੀ ਤਾਂ ਇਹ ਤਾਂ ਇੱਕ ਅਜੀਬ ਪੋਜੀਸ਼ਨ ਬਣ ਰਹੀ ਹੈ ਦੁਨੀਆਂ ਦੇ ਵਿੱਚ ਜਿਹੜੀ ਪਹਿਲਾਂ ਕਿਸੇ ਦੇਸ਼ ਦੀ ਨਹੀਂ ਬਣੀ ਕਿ ਲਗਭਗ 70 ਕਰੋੜ ਕਿਸਾਨ ਸੜਕਾਂ ਤੇ ਰੁਲਦਾ ਫਿਰੂਗਾ ਉਹਦੇ ਵਾਸਤੇ ਕੁਛ ਵੀ ਨੀ ਹੈਗਾ ਇਹ ਦੁਨੀਆਂ ਦਾ ਸਭ ਤੋਂ ਇੱਕ ਭਿਆਨਕ ਜਿਹੜਾ ਕਿਸਾਨੀ ਦੇ ਉੱਤੇ ਹਮਲਾ ਹੋਊਗਾ ਜੇ ਸਾਰਾ ਕੁਛ ਲਾਗੂ ਹੁੰਦਾ 70 ਕਰੋੜ ਕਿਸਾਨ ਜਿਹੜਾ ਨਾ ਉਹਨੂੰ ਖਪਤ ਕਰਨ ਵਾਸਤੇ ਮੇਰਾ ਨੀ ਖਿਆਲ ਕਿ ਸਿਸਟਮ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਕਿਉਂਕਿ ਪਹਿਲੇ ਹੀ ਜਿਹੜਾ ਉਹ ਵਿਗਾੜ ਦੇ ਇੰਤਸ਼ਾਰ ਦੇ ਵੱਲ ਜਾ ਰਿਹਾ ਹੈ ਪਹਿਲੇ ਹੀ ਜਿਹੜੀ ਨੌਕਰੀਆਂ ਨੇ ਉਹ ਖਤਮ ਹੋ ਰਹੀਆਂ ਨੇ ਤੇ ਤੁਸੀਂ ਕਹਿ ਰਹੇ 10 ਕਰੋੜ ਕਿਸਾਨਾਂ ਨੂੰ ਖਪਣ ਵਾਸਤੇ ਉਹ ਤੇ ਬਹੁਤ ਵੱਡਾ ਚੈਲੰਜ ਹੋ ਜਾਏਗਾ ਸਾਰੀ ਸਿਚੁਏਸ਼ਨ ਵਿੱਚ ਸਭ ਤੋਂ ਅੱਗੇ ਜਿਹੜਾ ਉਹ BJP ਸਰਕਾਰ ਹੈ ਮੋਦੀ ਸਰਕਾਰ ਹੈ ਉਹ ਇਹ ਕੰਮ ਕਰ ਰਹੀ ਹੈ ਅਸੀਂ ਦੇਖ ਰਹੇ ਹਾਂ ਜਿਸ ਤਰੀਕੇ ਨਾਲ ਪਾਰਲੀਮੈਂਟ ਤੋਂ ਮੁਖਤਲਿਫ ਕਾਨੂੰਨ ਪਾਸ ਹੋ ਰਹੇ ਨੇ ਲੋਕਾਂ ਦੇ ਖਿਲਾਫ ਤੁਸੀਂ ਜਿਸ ਤਰ੍ਹਾਂ ਵੀ ਕਾਨੂੰਨ ਤੁਸੀਂ ਕਹਿ ਲਓ ਲੋਕਾਂ ਨੂੰ ਸੁਪਰੈਸ ਕਰਨ ਵਾਸਤੇ ਉਹ ਪਾਸ ਕੀਤੇ ਜਾ ਰਹੇ ਨੇ ਤੁਸੀਂ ਓਪੋਜੀਸ਼ਨ ਦੇ ਬਾਰੇ ਚ ਕੀ ਕਹੋਗੇ ਜਿਹੜੀ ਪਾਰਟੀਆਂ ਨੇ ਉਹਨਾਂ ਦੇ ਬਾਰੇ ਸਾਰੇ ਬਾਰੇ ਚ ਦੇਖੋ ਇੱਥੇ ਮੈਨੂੰ ਤਾਂ ਨਾ ਕੋਈ ਆਪੋਜੀਸ਼ਨ ਦਾ ਕੋਈ ਲੱਗਦੀ ਨੀ ਸਾਰੇ ਰੂਲਿੰਗ ਹੀ ਹੈ ਜੇ ਇੱਥੇ ਆਪੋਜੀਸ਼ਨ ਹੁੰਦੀ ਤਾਂ ਤੁਸੀਂ ਦੇਖੋ 1991 ਦੇ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲੋਂ 7.5 ਅਰਬ ਡਾਲਰ ਦਾ ਕਰਜ਼ਾ ਲੈਣ ਲਈ ਮਨਮੋਹਨ ਸਿੰਘ ਤੇ ਨਰਸਿਮਹਾ ਰਾਓ ਦੀ ਜੋੜੀ ਨੇ ਜਿਹੜੀਆਂ 16 ਸ਼ਰਤਾਂ ਮੰਨੀਆਂ ਉਹਨਾਂ ਦੇ ਵਿੱਚ ਜਿਹੜੀ ਇੱਕ ਸ਼ਰਤ ਸੀ ਕਿ ਭਾਰਤ ਵਿੱਚ ਪਬਲਿਕ ਸੈਕਟਰ ਜਿਹੜਾ ਖਤਮ ਕਰਤਾ ਜਾਊਗਾ ਸਰਕਾਰੀ ਤੰਤਰ ਖਤਮ ਕਰਤਾ ਜਾਊਗਾ ਸਭ ਕੁਛ ਪ੍ਰਾਈਵੇਟਾਈਜੇਸ਼ਨ ਹੋਊਗੀ ਤਾਂ ਜਿਹਦੇ ਤਹਿਤ ਸਭ ਕਾਰਖਾਨੇ ਤੇ ਸਾਰੇ ਬੈਂਕਿੰਗ ਸਿਸਟਮ ਇੰਸ਼ੋਰੈਂਸ ਰੇਲ ਵਿਕ ਰਹੀ ਸਭ ਕੁਛ ਵਿਕ ਰਿਹਾ ਜਿਹੜੀਆਂ ਸੋਸ਼ਲ ਵੈਲਫੇਅਰ ਸੀਗੀਆਂ ਪਿੰਡਾਂ ਦੇ ਵਿੱਚ ਹੈਲਥ ਐਜੂਕੇਸ਼ਨ ਵਗੈਰਾ ਪ੍ਰਾਈਵੇਟਾਈਜ਼ ਕੀਤੀ ਜਾ ਰਹੀ ਹੈ ਤੇ ਜੇ ਸਾਰਾ ਕੁਝ ਪ੍ਰਾਈਵੇਟ ਹੋਣਾ ਤਾਂ ਫਿਰ ਸਭ ਨੂੰ ਪਤਾ ਹੈਗਾ ਕਿ ਖੇਤੀਬਾੜੀ ਵੀ ਪ੍ਰਾਈਵੇਟ ਹੋਊਗੀ ਇਹ ਤਾਂ ਦਿਸਦਾ ਹੀ ਸੀ ਤਾਂ ਮਨਮੋਹਨ ਸਿੰਘ ਦੇ ਕੀਤੇ ਹੋਏ ਸਮਝੌਤੇ ਨੂੰ ਜਿਹੜਾ ਆਪੋਜੀਸ਼ਨ ਉਦੋਂ ਹੀ ਇਨਕਾਰ ਸਕਦੀ ਸੀ ਦੇਖੋ ਹੈਰਾਨਗੀ ਦੀ ਗੱਲ ਹੈ ਮੈਂ ਇੱਥੇ ਇੱਕ ਸਾਂਝੀ ਸਟੇਜ ਤੇ ਬੋਲਦਿਆਂ ਉਦੋਂ ਕਿਹਾ ਜਦੋਂ ਕਾਨਵੇਂ ਸਮਝੌਤਾ ਹੋਇਆ ਵੀ ਇਹਦੇ ਪਹਿਲੀ ਵਾਰ ਆ ਭਾਰਤ ਦੇ ਇਤਿਹਾਸ ਵਿੱਚ ਇਹ ਰੂਲਿੰਗ ਪਾਰਟੀ ਸਮਝੌਤਾ ਨਹੀਂ ਕਰ ਰਹੀ ਆਪੋਜੀਸ਼ਨ ਸਮਝੌਤਾ ਕਰ ਰਹੀ ਹੈ ਕਿਉਂਕਿ ਰੂਲਿੰਗ ਪਾਰਟੀ ਕੋਲ 45% MP ਸੀ ਆਪੋਜੀਸ਼ਨ ਕੋਲ 55% MP ਸੀ ਜੇ ਆਪੋਜੀਸ਼ਨ ਕਹਿੰਦੀ ਕਿ ਇਹ ਦੇਸ਼ ਵਿਰੋਧੀ ਸਮਝੌਤਾ ਜਿਹੜਾ ਨਹੀਂ ਹੋਣ ਦੇਣਾ ਤਾਂ ਨਰਸਿਮਹਾ ਰਾਓ ਸਮਝੌਤਾ ਕਰ ਹੀ ਨਹੀਂ ਸਕਦਾ ਇਹਦੇ ਵਿੱਚ ਜਿਹੜਾ ਸਭ ਤੋਂ ਗੰਦਾ ਰੋਲ ਅਦਾ ਕੀਤਾ ਭਾਰਤ ਵਿੱਚ ਸੱਜੇ ਖੱਬੇ ਕਮਿਊਨਿਸਟਾਂ ਨੇ ਕੀਤਾ ਜਿਨ੍ਹਾਂ ਦੀ ਹਮਾਇਤ ਨਾਲ ਘੱਟ ਗਿਣਤੀ ਦੀ ਰਾਓ ਦੀ ਸਰਕਾਰ ਚੱਲ ਰਹੀ ਸੀ ਦੇਸ਼ ਨਾਲ ਗਦਾਰੀ ਜਿੰਨੀ ਮਨਮੋਹਨ ਸਿੰਘ ਤੇ ਰਾਓ ਨੇ ਕੀਤੀ ਆ
ਉਸ ਤੋਂ ਵੀ ਵੱਧ ਗਦਾਰੀ ਦੇਸ਼ ਦੇ ਸੱਜੇ ਖੱਬੇ ਕਮਿਊਨਿਸਟਾਂ ਨੇ ਕੀਤੀ ਹੈ, ਜਿੰਨਾ ਮੋਢਾ ਲਾ ਕੇ ਉਹਦੇ ਨਾਲ ਉਹਨੂੰ ਇਹ ਸਮਝੌਤਾ ਕਰਨ ਵਾਸਤੇ ਜਿਹੜਾ ਉਹ ਸਹਾਇਤਾ ਦਿੱਤੀ ਹੈ, ਜਦੋਂ ਲਾਗੂ ਹੋ ਗਿਆ ਫਿਰ ਆਪਣੀ ਚਮੜੀ ਬਚਾਉਣ ਲਈ ਇਹ ਗਲਤ ਹੈ ਵਲਤ ਹੈ, ਤਾਂ ਉਹੋ ਹੀ ਸਮਝੌਤਾ ਆ ਜਿਹਦਾ ਅੱਗੇ ਤੁਰਿਆ ਆ ਰਿਹਾ। ਡਬਲਯੂ ਟੀ ਓ ਚ 1 ਜਨਵਰੀ 1995 ਨੂੰ ਜਿਹੜੀ ਬਣੀ ਉਹਦੇ ਉਸ ਵੇਲੇ ਵੀ ਇਹਦੀ ਸਰਕਾਰ ਸੀ ਆਪਣੇ ਮਨਮੋਹਨ ਸਿੰਘ ਦੀ ਤੇ ਨਰਸਿਮਹਾ ਰਾਓ ਦੀ ਜੋੜੀ ਚੱਲ ਰਹੀ ਸੀ, ਤਾਂ ਉਹੀ ਡਬਲਯੂ ਟੀ ਓ ਜਿਹੜਾ ਸਮਝੌਤੇ ਕਰੀ ਆ ਰਿਹਾ। ਬੀਜੇਪੀ ਦੀ ਤੇ ਬਾਕੀ ਆਪੋਜੀਸ਼ਨ ਪਾਰਟੀਆਂ ਦੀ ਇਹ ਬੇਈਮਾਨੀ ਹੈ ਕਿ ਇਹ ਉਸ ਵੇਲੇ ਇਹਨੂੰ ਰੋਕ ਸਕਦੀਆਂ ਸੀ, ਇਹਨਾਂ ਨੇ ਰੋਕਿਆ ਨੀ, ਕਿਉਂਕਿ ਕਰੈਕਟਰ ਦੋਹਾਂ ਦਾ ਇੱਕ ਹੈ, ਇੱਕ ਦੂਜੇ ਦੇ ਖਿਲਾਫ਼ ਮਾੜਾ ਮੋਟਾ ਓਨਾ ਕੁ ਬੋਲਦੇ ਜਿੰਨਾ ਕੁ ਵੋਟਾਂ ਲਈ ਕਰਨਾ। ਬਾਕੀ ਇਸ ਪਾਲਿਸੀ ਨੂੰ ਜਿਹੜਾ ਬਹੁਰਾਸ਼ਟਰੀ ਕੰਪਨੀਆਂ ਦਾ ਦੇਸ਼ ਤੇ ਵੱਧ ਰਿਹਾ ਕਬਜ਼ਾ, ਉਹਦੇ ਲਈ ਸਾਰੇ ਹੀ ਇੱਕੋ ਨੀਤੀ ਦੇ ਆ ਤੇ ਇੱਕੋ ਨੀਤੀ ਲਾਗੂ ਕਰ ਰਹੇ ਆ, ਮਿਲ ਕੇ ਦੇਸ਼ ਨੂੰ ਗੁਲਾਮ ਕਰ ਰਹੇ ਆ। ਗੁਰਦਾਰ ਸਿੰਘ ਜੀ, ਤੁਸੀਂ ਨਾਂ ਲਿਆ ਆਪਣਾ ਜਿਹੜੇ ਕਮਿਊਨਿਸਟ ਪਾਰਟੀਆਂ ਨੇ, ਤੇ ਅਸੀਂ ਦੇਖੀਏ ਵੈਸਟ ਬੰਗਾਲ ਵਿੱਚ ਤੇ ਉੱਥੇ ਕਮਿਊਨਿਸਟਾਂ ਨੇ ਜਿਹੜਾ ਇੰਨੇ ਸਾਲ ਤਕਰੀਬਨ 35 ਸਾਲ ਉੱਥੇ ਹਕੂਮਤ ਕੀਤੀ ਹੈ, ਕਿਸਾਨਾਂ ਦੇ ਬਾਰੇ ਚ ਉਹਨਾਂ ਦਾ ਰਿਕਾਰਡ ਕੋਈ ਚੰਗਾ ਨਹੀਂ ਹੈਗਾ, ਤੇ ਤੁਸੀਂ ਕੀ ਸੋਚਦੇ ਹੋ ਕਿ ਇਸ ਟਾਈਮ ਜਿਹੜਾ ਤੁਹਾਡੀ ਅੰਦੋਲਨ ਹੋ ਰਿਹਾ ਹੈ ਇਹਦੇ ਵਿੱਚ ਅਪੋਜੀਸ਼ਨ ਪਾਰਟੀਆਂ ਨੇ ਜਾਂ ਕਮਿਊਨਿਸਟ ਪਾਰਟੀਆਂ ਨੇ ਜਾਂ ਤੁਸੀਂ ਸਮਝ ਲਓ ਪੰਜਾਬ ਦੀ ਅਪੋਜੀਸ਼ਨ ਪਾਰਟੀਆਂ ਜਾਂ ਰੂਲਿੰਗ ਪਾਰਟੀਆਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਏ ਜਾਂ ਕਾਂਗਰਸ ਏ ਜਾਂ ਕਮਿਊਨਿਸਟ ਪਾਰਟੀ ਨੇ, ਕਿਆ ਉਹਨਾਂ ਤੇ ਇਤਮਾਦ ਕੀਤਾ ਜਾ ਸਕਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਜਾਂ ਕਿਸਾਨਾਂ ਦੇ ਹੱਕ ਜਿਹੜਾ ਹੈ ਉਹਦੀ ਡਿਮਾਂਡ ਅੱਗੇ ਲੈ ਕੇ ਜਾਣਗੀਆਂ ਤੇ ਉਹਨਾਂ ਨਾਲ ਖੜੀ ਹੋਣਗੀਆਂ, ਜਾਂ ਫਿਰ ਉਹ ਆਪਣੇ ਤਰੀਕੇ ਦੇ ਨਾਲ ਫਿਰ ਧੋਖਾ ਦੇਣਗੀਆਂ ਕਿਸਾਨਾਂ ਨੂੰ? ਡਾਕਟਰ ਸਾਹਿਬ ਦੇਖੋ, ਪਹਿਲੀ ਵਾਰ ਇਹ ਹੋਇਆ ਮੈਂ ਬੜੇ ਲੰਮੇ ਸਮੇਂ ਤੋਂ ਟਰੇਡ ਯੂਨੀਅਨ ਤੇ ਕਿਸਾਨੀ ਦੇ ਵਿੱਚ 2007 ਤੋਂ ਕੰਮ ਕਰ ਰਿਹਾ, ਤੇ ਪਹਿਲੀ ਵਾਰ ਹੋਇਆ ਕਿ ਇਹ ਬਿਲਕੁਲ ਨਿਰੋਲ ਕਿਸਾਨੀ ਦੀ ਐਜੀਟੇਸ਼ਨ ਹੈ, ਇਹਦੇ ਵਿੱਚ ਕਿਸੇ ਪਾਰਟੀ ਨੂੰ ਕਿਸਾਨਾਂ ਨੇ ਲਾਗੇ ਨੀ ਲੱਗਣ ਦਿੱਤਾ। ਸਾਡੀ ਸਟੇਜ ਤੇ ਜੇ ਕੋਈ ਬੋਲਣਾ ਪੰਜਾਬ ਚ ਪਹਿਲਾਂ ਜਦੋਂ ਅਸੀਂ ਲੜ ਰਹੇ ਸੀ ਉਦੋਂ ਵੀ ਤੇ ਹੁਣ ਦਿੱਲੀ ਵਾਲੇ ਮੋਰਚੇ ਚ ਵੀ, ਇਹ ਪਾਸ ਹੋਇਆ ਹੋਇਆ ਸਾਰਾ 32 ਜਥੇਬੰਦੀਆਂ ਅਸੀਂ ਰਲ ਕੇ ਲੜ ਰਹੀਆਂ, ਉਹਦੇ ਨਾਲ ਮੁੜ ਕੇ ਜਿਹੜਾ ਸਾਡਾ ਵੱਡਾ ਅਦਾਰਾ ਹੈ ਨੈਸ਼ਨਲ ਲੈਵਲ ਦਾ ਜਿਹੜਾ ਸਾਡਾ ਸਾਂਝਾ ਫਰੰਟ ਹੈ ਕਿਸਾਨੀ ਦਾ, ਤੇ ਇਹ ਸਾਰਾ ਸਾਡਾ 32 ਪੰਜਾਬ ਵਾਲੀਆਂ ਕਿਸਾਨ ਜਥੇਬੰਦੀਆਂ ਦਾ ਤੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸਾਰੇ ਜਿਹੜਾ ਸਾਡਾ ਫਰੰਟ ਹੈ ਉਹਦੇ ਚ ਪਾਸ ਕੀਤਾ ਕਿ ਕਿਸੇ ਪਾਰਟੀ ਨੂੰ ਸਟੇਜ ਤੇ ਨੀ ਬੋਲਣ ਦੇਣਾ, ਕਿਸੇ ਨੇ ਹਮਾਇਤ ਕਰਨੀ ਆ ਦੇ ਬਾਹਰ ਆਪਣੇ ਪੱਧਰ ਦੇ ਉੱਤੇ ਕਰ ਸਕਦਾ। ਇਸ ਕਰਕੇ ਪਾਰਟੀਆਂ ਦੇ ਕਰੈਕਟਰ ਨੂੰ ਠੀਕ ਤਰ੍ਹਾਂ ਸਮਝਦਿਆਂ ਹੋਇਆ ਕਿਸਾਨੀ ਅੱਜ ਇੱਥੇ ਆ ਗਈ ਹੈ ਕਿ ਇਹ ਸਾਡੀ ਕੋਈ ਮਦਦ ਨਹੀਂ ਕਰਨਾ ਚਾਹੁੰਦੇ, ਨਾ ਇਹ ਕਰ ਸਕਦੇ ਆ, ਇਹ ਸਿਰਫ ਆਪਣੀਆਂ ਵੋਟਾਂ ਲਈ ਜਿਹੜੇ ਆਉਂਦੇ ਆ ਸਟੇਜ ਤੇ ਬੋਲਣ, ਉਹ ਅਸੀਂ ਇਹਨਾਂ ਨੂੰ ਬੋਲਣ ਨਹੀਂ ਦੇਣਾ। ਇਸ ਕਰਕੇ ਨਿਰੋਲ ਇੱਕ ਕਿਸਾਨ ਐਜੀਟੇਸ਼ਨ ਹੋ ਰਹੀ ਹੈ, ਤਾਂ ਹੀ ਇਹ ਠੀਕ ਦਿਸ਼ਾ ਚੱਲ ਰਹੀ। ਲੇਕਿਨ ਅਸੀਂ ਇੱਕ ਜਗ੍ਹਾ ਮੀਡੀਆ ਵਿੱਚ ਇਹ ਵੀ ਦੇਖਦੇ ਹਾਂ ਕਿ ਸਾਰੀ ਓਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਪ੍ਰੈਜ਼ੀਡੈਂਟ ਨੂੰ ਮਿਲਦੇ ਨੇ, ਉਹਨਾਂ ਨੂੰ ਲੈਟਰ ਦਿੰਦੇ ਨੇ, ਤੇ ਇਹ ਸਾਹਮਣੇ ਇਹ ਚੀਜ਼ ਆ ਰਹੀ ਹੈ ਮੇਨ ਸਟ੍ਰੀਮ ਮੀਡੀਆ ਵਿੱਚ ਕਿ ਕਿਸਾਨ ਦੀ ਜਿੰਨੀ ਅੰਦੋਲਨ ਹੋ ਰਹੀ ਹੈ ਉਹ ਬੇਸਿਕਲੀ ਓਪੋਜੀਸ਼ਨ ਕਰਵਾ ਰਹੀ ਹੈ, ਓਪੋਜੀਸ਼ਨ ਪਾਰਟੀਆਂ ਕਰਵਾ ਰਹੀਆਂ ਨੇ, ਤੇ ਉਹ ਵੀ ਇਸ ਚੀਜ਼ ਨੂੰ ਕਲੇਮ ਕਰਦੇ ਨੇ, ਆਪਣੀ ਤਕਰੀਰਾਂ ਵਿੱਚ ਵੀ ਕਲੇਮ ਕਰਦੇ ਨੇ ਕਿ ਜੀ ਅਸੀਂ ਆ ਜਿਹੜੇ ਕਿਸਾਨ ਦੇ ਜਿਹੜੀ ਮੂਵਮੈਂਟ ਹੈ ਉਹ ਚਲਾ ਰਹੇ ਹਾਂ। ਜਿਸ ਤਰ੍ਹਾਂ ਵੀ ਰੀਸੈਂਟਲੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਵੀ ਕਿਹਾ ਕਿ ਜੀ ਅਸੀਂ ਕਿਸਾਨ ਨੂੰ ਸਾਡੀ ਮੂਵਮੈਂਟ ਹੈ ਅਸਲ ਵਿੱਚ ਸਾਰੀ, ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਉਹ ਜਦੋਂ ਓਨ ਕਰਦੇ ਨੇ ਇਹ ਸਾਰੇ ਮੂਵਮੈਂਟ ਨੂੰ ਜਾਂ ਉਹ ਝੂਠ ਬੋਲ ਰਹੇ ਨੇ, ਉਹ ਧੋਖਾ ਦੇ ਰਹੇ ਨੇ? ਜੀ ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਨਾਂ ਲਿਆ, ਉਹਨੇ ਤਾਂ ਇੰਨਾ ਗੰਦਾ ਰੋਲ ਅਦਾ ਕੀਤਾ, ਉਹ ਬੀਜੇਪੀ ਦੇ ਪਾਰਟਨਰ ਸੀ ਜਿਸ ਸਮੇਂ ਪਹਿਲਾਂ ਆਰਡੀਨੈਂਸ ਹੋਇਆ, ਆਰਡੀਨੈਂਸ ਕੈਬਨਿਟ ਚ ਮਨਜ਼ੂਰ ਹੁੰਦਾ, ਕੈਬਨਿਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਮੌਜੂਦ ਸੀ, ਤੇ ਉਹਨੇ ਇਹ ਸਾਰੇ ਜਿਹੜੇ ਕਾਨੂੰਨ ਬਣੇ ਪਹਿਲਾਂ ਆਰਡੀਨੈਂਸ ਸਾਰੇ ਆਰਡੀਨੈਂਸਾਂ ਤੇ ਉਹਨੇ ਦਸਤਖਤ ਕੀਤੇ ਆ, ਅਜੇ ਇਹ ਬਿੱਲ ਬਣ ਕੇ ਪਾਰਲੀਮੈਂਟ ਚ ਆਏ ਨੀ ਸੀ। ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਸੁਖਬੀਰ ਬਾਦਲ, ਉਹਨੇ ਕਿਹਾ
ਕਿ ਇਹ ਬਹੁਤ ਹੀ ਕਿਸਾਨ ਹਿਤੈਸ਼ੀ ਹੈ, ਇਹਦੇ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਹੋਣ ਵਾਲਾ ਨਹੀਂ। ਉਸ ਤੋਂ ਮਗਰੋਂ ਜਦੋਂ ਖੁੱਲੀ ਮੰਡੀ ਦਾ ਆਇਆ ਵੀ ਸਰਕਾਰ ਭੱਜੂਗੀ ਖਰੀਦਣ ਤੋਂ ਤੇ ਅਨਾਜ ਕੌਣ ਖਰੀਦੂ, ਫਿਰ ਸੁਖਬੀਰ ਬਾਦਲ ਨੇ ਇਹ ਜਿਹੜਾ ਸਾਡਾ ਖੇਤੀਬਾੜੀ ਮੰਤਰੀ ਹੈ ਦੇਸ਼ ਦਾ ਤੋਮਰ, ਉਹਦੀ ਕੋਈ ਲੈਟਰ ਲੈ ਕੇ ਸਾਰੀ ਆਇਆ ਪੰਜਾਬ ਚ ਕਿਸਾਨਾਂ ਨੂੰ ਅਸੀਂ ਪੜ੍ਹਾਉਣੀ ਹੈ, ਇਹ ਸਰਕਾਰ ਜਿਹੜੀ ਆ ਰੱਖੂਗੀ, MSP ਵੀ ਰੱਖੂ, ਮੰਡੀ ਵੀ ਰੱਖੂਗੀ, ਤਾਂ ਇਹ ਜਿਹੜੇ ਅੰਦੋਲਨ ਕਰਨ ਵਾਲੇ ਆ ਇਹਨਾਂ ਨੂੰ ਸ਼ਾਇਦ ਪਤਾ ਨੀ ਕਿਸਾਨਾਂ ਨੂੰ। ਫਿਰ ਇਹਦੇ ਘਰ ਦੇ ਅੱਗੇ ਸਟੇਜ ਲੱਗੀ ਵੀ ਤੁਸੀਂ ਆਓ ਦੋਵੇਂ ਜੀ ਇੱਥੇ ਸਾਨੂੰ ਆਣ ਕੇ ਪੜ੍ਹਾਓ ਸਾਡੀ ਸਟੇਜ ਦੇ ਉੱਤੇ, ਸਾਨੂੰ ਤੇ ਸਮਝ ਆ ਤੁਹਾਨੂੰ ਸਮਝ ਨੀ। ਇਹਨਾਂ ਨੂੰ ਅਸਲ ਤੇ ਇਹ ਸੀ ਕਿ ਇਹ ਕੋਈ ਅੰਦੋਲਨ ਹੋਣਾ ਨੀ, ਪਹਿਲਾਂ ਵੀ ਇਹੋ ਜਿਹੇ ਬੜੇ ਕਾਨੂੰਨ ਪਾਸ ਕੀਤੇ ਲੋਕ ਚੁੱਪ ਕਰਕੇ ਮੰਨ ਲੈਂਦੇ ਆ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾਂ ਇਹ ਜਿਹੜਾ ਖੇਤੀਬਾੜੀ ਦਾ ਸੰਕਟ ਹੈ ਉਹ ਬਹੁਤ ਜ਼ੋਰਾਂ ਤੇ ਸੀ, ਖੁਦਕਸ਼ੀਆਂ ਹੋ ਰਹੀਆਂ ਸੀ, ਲੋਕੀ ਪਹਿਲਾਂ ਹੀ ਬਹੁਤ ਖੇਤੀਬਾੜੀ ਦੀਆਂ ਨੀਤੀਆਂ ਤੋਂ ਖਫਾ ਸੀ, ਤਾਂ ਇਹਨਾਂ ਦੀ ਐਕਸਪੈਕਟੇਸ਼ਨ ਗਲਤ ਸੀ। ਤੇ ਜਦੋਂ ਅੰਦੋਲਨ ਵਧਿਆ ਫਿਰ ਪ੍ਰਕਾਸ਼ ਸਿੰਘ ਬਾਦਲ ਬੋਲਿਆ ਵੀ ਇੰਨੇ ਚੰਗੇ ਕਾਨੂੰਨ ਅਸੀਂ ਅੱਜ ਤੱਕ ਕਦੀ ਵੇਖੇ ਹੀ ਨਹੀਂ, ਤੇ ਇਹ ਜਿਹੜੇ ਆ ਇਹ ਬਹੁਤ ਕਿਸਾਨ ਹਿਤੈਸ਼ੀ ਨੇ। ਤੇ ਜਦੋਂ ਬਹੁਤ ਕਿਸਾਨ ਅੰਦੋਲਨ ਵੱਧ ਗਿਆ ਤਾਂ ਇਹ ਫਿਰ ਦੂਸਰੇ ਪਾਸੇ ਨੂੰ ਆ ਗਏ, ਫਿਰ ਇਹਨਾਂ ਨੇ ਉਹਦੇ ਕੋਲ ਹਰਸਿਮਰਤ ਕੋਲੋਂ ਅਸਤੀਫਾ ਦਵਾਇਆ, ਫਿਰ ਕਹਿ ਤਾ ਕਾਨੂੰਨ ਮਾੜੇ ਆ, ਅੱਜ ਵੀ ਕਹਿੰਦੇ ਮਾੜੇ ਆ। ਪਰ ਪੰਜਾਬ ਦੇ ਕਿਸਾਨ ਕਹਿੰਦੇ ਵੀ ਤੁਸੀਂ ਪਹਿਲਾਂ ਵੀ ਕਹਿੰਦੇ ਸੀ ਤੇ ਹੁਣ ਕੀ ਕਹਿੰਦੇ, ਇਸ ਕਰਕੇ ਤੁਹਾਡੀ ਗੱਲ ਤਾਂ ਸੁਣੀ ਨੀ। ਬਾਕੀ ਆਪੋਜੀਸ਼ਨ ਦੇ ਬਾਕੀ ਰੂਲਿੰਗ ਜਿਹੜੀ ਕਾਂਗਰਸ ਹੈ ਉਹ ਵੀ ਸਭ ਨੂੰ ਪਤਾ ਕਿ ਉਹ ਆਪਣੇ ਉਹਨਾਂ ਵੀ ਕਰਦੇ ਜਿੰਨੇ ਨਾਲ ਉਹਨਾਂ ਨੂੰ ਵੋਟਾਂ ਦਾ ਸਹਾਇਤਾ ਮਿਲੇ। ਇਹ ਸਾਰੇ ਜਿਹੜੇ ਕਾਨੂੰਨ ਨੇ ਜੋ ਕੁਛ ਦੇਸ਼ ਵਿਰੋਧੀ ਨੇ ਸਾਰੇ ਕਾਂਗਰਸ ਨੇ ਤੇ ਪਾਸ ਕੀਤੇ ਹੋਏ, ਇਹ ਸਾਰਾ ਕੁਛ BJP ਦਾ ਇੰਪਲੀਮੈਂਟ ਕਰ ਰਹੀ ਹੈ, ਕੋਈ ਨਵੀਂ ਚੀਜ਼ ਨੀ ਲੈ ਕੇ ਆ ਰਹੀ। WTO ਦੇ ਅੰਦਰ ਵੀ ਜੋ ਕੁਛ ਫੈਸਲੇ ਹੋਏ ਜੋ ਹੋਏ ਉਹਦੇ ਚ ਕਾਂਗਰਸ ਮੌਜੂਦ ਸੀ, ਵਰਲਡ ਬੈਂਕ ਨਾਲ ਸਮਝੌਤਾ ਜਿਹੜਾ ਸਭ ਤੋਂ ਵੱਡਾ ਦੇਸ਼ ਵਿਰੋਧੀ ਉਹ ਵੀ ਕਾਂਗਰਸ ਨੇ ਕੀਤਾ, ਤੇ ਦੇਸ਼ ਦੀਆਂ ਜਿੰਨੀਆਂ ਵੀ ਹੈਗੀਆਂ ਨੇ ਅਪੋਜੀਸ਼ਨ ਪਾਰਟੀਆਂ ਕੋਈ ਕਿਸੇ ਵੀ ਇਸ ਸਮਝੌਤੇ ਦੇ। ਹੁਣ ਤੁਸੀਂ ਦੇਖੋ ਕਿ ਜਦੋਂ ਬੰਗਾਲ ਦੇ ਵਿੱਚ ਇਹਨਾਂ ਦੀ ਸਰਕਾਰ ਸੀ ਕਮਿਊਨਿਸਟਾਂ ਦੀ, ਮਨਮੋਹਨ ਸਿੰਘ ਨੇ ਪਾਰਲੀਮੈਂਟ ਚ ਇਹਨਾਂ ਦੀ ਬੇਇੱਜ਼ਤੀ ਕੀਤੀ, ਕਹਿੰਦਾ ਇਹਨਾਂ ਦੇ ਦੋ ਮੂੰਹ ਆ, ਜਦੋਂ ਦਿੱਲੀ ਆਉਂਦੇ ਆ ਤੇ ਇਸ ਸਮਝੌਤੇ ਦੇ ਖਿਲਾਫ਼ ਬੋਲਦੇ ਆ, ਜਦੋਂ ਬੰਗਾਲ ਚ ਜਾਂਦੇ ਆ ਤਾਂ ਉੱਥੇ ਇਹਨੂੰ ਚੰਗੀ ਤਰ੍ਹਾਂ ਲਾਗੂ ਕਰਦੇ, ਸਾਡੇ ਨੂੰ ਵੀ ਵਧੀਆ ਲਾਗੂ ਕਰ ਰਹੇ। ਇਸ ਕਰਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਦੇਸ਼ ਵਿੱਚ ਆਪੋਜੀਸ਼ਨ ਕਿਹੜੀ ਹੈ। ਇਹ ਸਾਰੇ ਰੂਲਿੰਗ ਆ ਉਹਨਾਂ ਕੀ ਬੋਲਦੇ ਆ ਜਿੰਨਾ ਕਿ ਵੋਟਾਂ ਲੈਣ ਲਈ ਸਫਲ ਹੋ ਜਾਣ। ਐਕਚੁਅਲੀ ਇਹ ਬਹੁ ਰਾਸ਼ਟਰੀ ਕੰਪਨੀਆਂ ਦੇ ਸਾਰੇ ਏਜੰਟ ਨੇ, ਇਹ ਸਾਰੇ ਸਾਰੀ ਪਾਰਲੀਮੈਂਟ ਗਦਾਰਾਂ ਨਾਲ ਭਰੀ ਹੋਈ ਹੈ ਜਿਹੜੀ ਦੇਸ਼ ਨੂੰ ਮੁੜ ਗੁਲਾਮ ਕਰਾਉਣ ਲਈ ਮਿਲ ਕੇ ਚੱਲ ਰਹੀ। ਬਿਲਕੁਲ ਸਹੀ ਗੱਲ ਕੀਤੀ ਹੈ, ਸਾਰੇ ਚੋਰ ਨੇ ਇਕੱਠੇ ਹੋਏ ਹੋਏ ਨੇ। ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ ਅੰਦੋਲਨ ਦੇ ਅੰਦਰ ਕਿ ਇਸ ਟਾਈਮ ਡਾਇਰੈਕਟਲੀ ਕਿਸਾਨ ਤੇ ਸਾਰੇ ਲੀਡਰ ਜਿਹੜੇ ਨੇ ਉਹ ਅੰਬਾਨੀ ਤੇ ਅਡਾਨੀ ਦੀ ਗੱਲਾਂ ਕਰਦੇ ਨੇ। ਉਹ ਕਹਿੰਦੇ ਨੇ ਕਿ ਅਸਲ ਜਿਹੜੇ ਮੁਲਜ਼ਮ ਨੇ, ਅਸਲ ਸਾਡੇ ਜਿਹੜੇ ਹਾਲਾਤ ਦੇ ਜਿਹੜੇ ਹੈਗੇ ਨੇ ਖਰਾਬ ਕਰਨ ਦੇ ਮੁਜਬ ਨੇ, ਉਹ ਇਹ ਵੱਡੀ ਵੱਡੀ ਕੰਪਨੀ ਨੇ ਜਿਹੜੀ ਆ ਕਿ ਅਡਾਨੀ ਤੇ ਅੰਬਾਨੀ ਚਲਾਉਂਦੇ ਨੇ। ਦੇਖੋ ਮੁਲਕ ਦੇ ਅੰਦਰ ਕਈ ਲੋਕਾਂ ਦਾ ਇਹ ਅਨਾਲਿਸਿਸ ਹੈ ਕਿ ਸਾਡੇ ਜਿਹੜੇ ਸਰਮਾਏਦਾਰ ਨੇ ਇਹੀ ਹੈ, ਇਹ ਸਾਮਰਾਜੀ ਕੰਪਨੀਆਂ ਦੇ ਨਾਲ ਰਲ ਕੇ ਤੇ ਭਾਈਵਾਲੀ ਕਰਕੇ ਤੇ ਉਹਨਾਂ ਦਾ ਕਬਜ਼ਾ ਨਹੀਂ ਕਰਾਉਂਦੇ ਤੇ ਇਹੀ ਨੇ। ਅਸਲ ਦੇ ਵਿੱਚ ਇਹ ਸਹੀ ਨੀਤੀ ਨਹੀਂ ਹੈ। ਮੁਲਕ ਦੇ ਅੰਦਰ ਜਿੰਨਾ ਤੇਜ਼ੀ ਨਾਲ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਦਾ ਕਬਜ਼ਾ ਵਧਿਆ, ਖਾਸ ਕਰ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਖੇਤੀਬਾੜੀ ਦੇ ਉੱਤੇ ਤੇ ਕਬਜ਼ਾ ਹੀ ਉਹਨਾਂ ਦਾ, ਸਾਰੀ ਜਿਹੜੀ ਇਨਪੁੱਟ ਹੈ ਐਗਰੀਕਲਚਰ ਦੀ ਸਾਰੀ ਦੀ ਸਾਰੀ, ਤੁਸੀਂ ਦੇਖੋ ਕਿ ਇੱਕ DAP ਖਾਦ ਹੈ ਉਹਦਾ 96% ਜਿਹੜਾ ਹੈ ਅਮਰੀਕਾ ਤੋਂ ਆ ਰਿਹਾ, ਤੇਲ ਜਿਹੜਾ ਹੈ 80% ਬਾਹਰੋਂ ਆ ਰਿਹਾ, ਟਰੈਕਟਰ 100% ਬਾਹਰਲੇ ਦੇਸ਼ਾਂ ਦੇ ਆ ਰਿਹਾ। ਫਿਰ ਅਡਾਨੀ ਅੰਬਾਨੀ ਖੇਤੀਬਾੜੀ ਚ ਕਿੱਦਾਂ ਵੱਧ ਲੁੱਟਦਾ ਤੇ ਸਾਮਰਾਜੀ ਕੰਪਨੀਆਂ ਕਿੱਦਾਂ ਘੱਟ ਲੁੱਟਦੀਆਂ। ਹੁਣ ਜਿਹੜਾ ਮੁਲਕ ਨੂੰ ਵੇਚਿਆ ਜਾ ਰਿਹਾ, ਜਿਹੜਾ ਜੰਗਲ ਵੇਚਿਆ ਵਿਦਾਂਤ ਕੰਪਨੀ ਨੂੰ, ਈਸਰ ਕੰਪਨੀ ਨੂੰ ਮਨਮੋਹਨ ਸਿੰਘ ਨੇ, ਤੇ ਉਹਦੇ ਵਿੱਚ ਵਿਦੇਸ਼ੀ ਕੰਪਨੀਆਂ ਨੇ ਕਿੰਨੇ ਕਰੋੜ ਏਕੜ ਜ਼ਮੀਨ ਲਈ ਤੇ ਟਾਟੇ ਦੇ ਵਿੱਚੋਂ 1,00,000 ਏਕੜ ਲਈ, ਤੇ ਇਹ ਅੰਡਾਨੀ ਅੰਬਾਨੀ ਤੇ ਉਹਨਾਂ ਨਾਲ ਦੁਆਨੀ ਚੁਆਨੀ ਦੇ ਭਾਈਵਾਲ ਹੈ, ਨਾ ਕਿ ਇਹਨਾਂ ਦਾ ਕੋਈ ਡੋਮੀਨੈਂਟ ਰੋਲ ਹੈ। ਇਹ ਦੱਸਣ ਕਿ ਅਡਾਨੀ ਅੰਬਾਨੀ ਜਿਹੜੇ ਆ ਦੇਸ਼ ਦੇ ਅੰਦਰ ਸਾਮਰਾਜੀ ਕੰਪਨੀਆਂ ਦੇ ਸਾਹਮਣੇ ਕਿੱਥੇ ਖਲੋਣ ਜੋਗੇ ਆ।
ਇਹ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਦੇਸ਼ ਲੁੱਟੋ ਤੇ ਵਿੱਚੋਂ ਥੋੜਾ ਬਹੁਤਾ ਢੇਲਾ ਪੌੜਾ ਸਾਡਾ ਵੀ ਸ਼ੇਅਰ ਰੱਖ ਲਓ। ਭਾਰਤੀ ਸਰਮਾਏਦਾਰੀ ਜਿਹੜੀ ਆ ਉਹਨੇ ਬਹੁਤ ਬੁਰੀ ਤਰ੍ਹਾਂ ਗੋਡੇ ਟੇਕੇ ਹੋਏ ਆ ਵਿਦੇਸ਼ੀ ਕੰਪਨੀਆਂ ਦੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਕੀਤੀ ਹੈ ਦਤਾਰ ਸਿੰਘ ਜੀ। ਇੱਕ ਹੋਰ ਹੈਗਾ, ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਵਰਕਰ ਫੈਕਟਰੀ ਵਰਕਰ ਦੇ ਜਿਹੜੇ ਇਸ਼ੂਜ਼ ਨੇ ਉਹ ਕਾਫੀ ਲਿੰਕ ਨੇ ਫਾਰਮਰ ਦੇ ਇਸ਼ੂ ਦੇ ਨਾਲ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਖੇਤੀ ਦੀ ਜਾਂ ਫਰੂਟ ਤੇ ਵੈਜੀਟੇਬਲ ਦੀ ਕੀਮਤ ਵਧਣਗੀ ਮਾਰਕੀਟ ਵਿੱਚ, ਤੇ ਉਹਦੇ ਨਾਲ ਸਾਰੀ ਜਨਤਾ ਜਿਹੜੀ ਹੈ, ਆਵਾਮ ਹੈ, ਜਿਹੜੀ ਵਰਕਰ ਨੇ ਉਹ ਮੁਤਾਸਰ ਹੋਣਗੇ। ਤੇ ਬਿਲਕੁਲ ਉਹ ਵਰਕਰਾਂ ਦੀ ਬਹੁਤ ਜ਼ਿਆਦਾ ਟ੍ਰੇਡ ਯੂਨੀਅਨ ਬਣੀਆਂ ਨੇ ਇੱਥੇ ਇੰਡੀਆ ਵਿੱਚ, ਤੇ ਅਸੀਂ ਹੁਣ ਦੇਖਿਆ ਕਿ ਪਿਛਲੇ ਮਹੀਨੇ ਟ੍ਰੇਡ ਯੂਨੀਅਨ ਨੇ ਵੀ ਸਟ੍ਰਾਈਕ ਕੀਤੀ ਸੀ ਕਿਉਂਕਿ ਉਹਨਾਂ ਦੇ ਖਿਲਾਫ਼ ਵੀ ਕਾਨੂੰਨ ਪਾਸ ਹੋਏ ਨੇ, ਜਿਸ ਤਰ੍ਹਾਂ ਕਿ ਕਿਸਾਨਾਂ ਦੇ ਖਿਲਾਫ਼ ਪਾਸ ਹੋਏ ਨੇ। ਤੇ ਤਕਰੀਬਨ 100 ਮਿਲੀਅਨ ਵਰਕਰ ਨਿਕਲਿਆ ਸੀ ਇੱਕ ਦਿਨ ਵਾਸਤੇ, ਹੜਤਾਲ ਵਾਸਤੇ, ਤੇ ਲੇਕਿਨ ਉਹ ਵਾਪਿਸ ਫਿਰ ਘਰੋ ਘਰ ਹੀ ਚਲੇ ਗਏ ਸਾਰੇ। ਔਰ ਕਾਨੂੰਨ ਉਹਨਾਂ ਦੇ ਨਾ ਸਿਰਫ ਇਸ ਸਾਲ ਬਲਕਿ ਪਿਛਲੇ ਸਾਲ ਤੇ ਉਸ ਤੋਂ ਪਿਛਲੇ ਸਾਲ ਵੀ ਉਹ ਪਾਸ ਹੁੰਦੇ ਜਾਂਦੇ ਨੇ, ਲਾਗੂ ਹੁੰਦੇ ਜਾਂਦੇ ਨੇ, ਤੇ ਉਹਨਾਂ ਦੀ ਹਾਲਾਤ ਜ਼ਿੰਦਗੀ ਜਿਹੜੀ ਹੈ ਖਰਾਬ ਤੋਂ ਖਰਾਬ ਤਰ ਹੁੰਦੀ ਜਾਂਦੀ ਹੈ। ਤੁਸੀਂ ਇਹ ਦੱਸੋਗੇ ਕਿ ਇਹਦੀ ਕੀ ਵਜ੍ਹਾ? ਦੂਸਰਾ ਇਹ ਕਿ ਕਿਸਾਨ ਜਿਹੜੀ ਮੂਵਮੈਂਟ ਹੈ ਮਨਮੋਹਨ ਸਿੰਘ ਵੇਲੇ, ਜੇ ਤੁਸੀਂ ਹੋਰ ਪਿੱਛੇ ਚੱਲ ਜਾਓ ਤੇ ਮਨਮੋਹਨ ਸਿੰਘ ਦਾ ਕੋਈ ਪੋਲੀਟੀਸ਼ੀਅਨ ਹੀ ਨਹੀਂ ਸੀ, ਉਹਨੇ ਜ਼ਿੰਦਗੀ ਦੀ ਕੋਈ ਪਾਰਟੀ ਜੁਆਇਨ ਨਹੀਂ ਕੀਤੀ, ਉਹ ਤਾਂ ਇੰਪਲਾਈ ਸੀਗਾ ਵਰਲਡ ਬੈਂਕ ਦਾ। ਤਾਂ ਜਦੋਂ ਕਰਜ਼ਾ ਦਿੱਤਾ ਤੇ ਨਾਲ ਹੀ ਕਹਿ ਤਾ ਵੀ ਆਹ ਵੀ ਲੈ ਜਾਓ, ਜਿਹੜੇ ਸੋਲਾਂ ਸ਼ਰਤਾਂ ਜਿਹੜੀਆਂ ਮੰਨੀਆਂ ਉਹਨਾਂ ਨੂੰ ਲਾਗੂ ਕਰਾਉਣ ਲਈ ਸਰਕਾਰ ਦੀ ਅਗਵਾਈ ਵੀ ਉਹ ਕਰਨਗੇ, ਤਾਂ ਉਹਨੇ ਨੇ ਉਹੋ ਹੀ ਕਰਨਾ ਸੀ ਜੋ ਮੰਨ ਕੇ ਆਇਆ ਸੀ। ਤਾਂ ਉਹਦੇ ਚ ਜਿਹੜੀਆਂ ਬਾਹਰਲੀਆਂ ਕੰਪਨੀਆਂ ਉਹ ਇਹ ਸ਼ਰਤ ਰੱਖ ਰਹੀਆਂ ਸੀ ਕਿ ਤੁਸੀਂ ਜਿਹੜੇ ਪਹਿਲੇ ਇੰਡਸਟਰੀਅਲ ਲਾਜ਼ ਹੈ ਉਹਨਾਂ ਨੂੰ ਅਮੈਂਡਮੈਂਟ ਕਰੋ, ਉਹਨਾਂ ਦੀ ਟ੍ਰੇਡ ਯੂਨੀਅਨ ਜਿਹੜੀ ਹੈ ਦੇਸ਼ ਦੀ ਉਹਦੇ ਤੇ ਸੱਟ ਮਾਰੋ, ਤਾਂ ਕਿ ਜਿਹੜੇ ਅਸੀਂ ਪੈਸੇ ਲਾਉਣੇ ਉਹ ਸਿਕਿਓਰ ਰਹਿਣ, ਐਜੀਟੇਸ਼ਨਾਂ ਨਾ ਹੋਣ। ਦੂਸਰਾ ਕਿ ਸ਼ਾਂਤੀ ਕਰਨਾ ਜਾਂ ਕੰਟਰੈਕਟ ਬੇਸ ਤੇ ਲੋ ਵੇਜਸ, ਇਹ ਉਹਨਾਂ ਦਾ ਏਜੰਡਾ ਸੀ ਜਿਹੜਾ ਉਹਨਾਂ ਨੇ ਧੱਕੇ ਨਾਲ ਲਾਗੂ ਕਰਾਇਆ, ਤੇ ਉਹੋ ਹੀ ਮੰਨੀਆਂ ਹੋਈਆਂ ਸ਼ਰਤਾਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਵਧਾ ਰਹੀ ਹੈ ਬੀਜੇਪੀ, ਰਲ ਕੇ ਕਰ ਰਹੇ ਸਾਰਾ ਕੁਛ। ਤੇ ਜੇ ਟ੍ਰੇਡ ਯੂਨੀਅਨ ਜਿਹੜੀਆਂ ਨੇ ਉਹਨਾਂ ਨੂੰ ਚਲਾਉਣ ਵਾਲੀਆਂ ਪਾਰਟੀਆਂ ਸਿੰਸੀਅਰ ਹੁੰਦੀਆਂ ਤਾਂ ਇਹੀ ਮੌਕਾ ਸੀ ਜਦੋਂ ਕਿਸਾਨ ਆਣ ਕੇ ਬੈਠੇ ਆ, ਤਾਂ ਇਹ ਉਹ ਹੁਣ ਫੈਕਟਰੀਆਂ ਬੰਦ ਕਰਕੇ ਬਾਹਰ ਆਉਣ ਦਾ ਸਮਾਂ। ਹੁਣ ਕਿਸਾਨ ਮਜ਼ਦੂਰ ਦਾ ਜੇ ਸਾਂਝਾ ਫਰੰਟ ਹੁੰਦਾ, ਅੱਜ ਸਾਨੂੰ ਕੀ ਕਹਿ ਰਿਹਾ ਪ੍ਰਧਾਨ ਮੰਤਰੀ, ਅੱਜ ਸਾਨੂੰ ਕ੍ਰਿਸ਼ੀ ਮੰਤਰੀ ਕੀ ਕਹਿ ਰਿਹਾ ਕਿ ਤੁਹਾਡੀਆਂ, ਦੇਖੋ ਸਾਡੀਆਂ 6 ਮੀਟਿੰਗਾਂ ਹੋਈਆਂ, 6 ਮੀਟਿੰਗਾਂ ਵਿੱਚ ਹੀ ਸਰਕਾਰ ਨੇ ਮੰਨਿਆ ਕਿ ਇਹ ਜਿਹੜੇ ਅਸੀਂ ਕਾਨੂੰਨ ਬਣਾਏ ਇਹ ਗਲਤ ਹੈ, ਇਹਦੇ 'ਚ ਸੋਧਾਂ ਕਰ ਲਓ, ਆਪਣੇ ਹੱਥ ਨਾਲ ਕਰ ਲਓ ਜਿਹੜੀਆਂ ਕਰਨੀਆਂ, ਪਰ ਰੱਦ ਸ਼ਬਦ ਨਾ ਵਰਤੋ। ਕਿਉਂਕਿ ਜੇ ਅਸੀਂ ਰੱਦ ਸ਼ਬਦ ਵਰਤਦੇ ਹਾਂ ਤਾਂ ਜਿਹੜੇ ਫੈਕਟਰੀਆਂ ਦੇ ਵਿੱਚ ਆਹ ਬਣਾਏ ਆ ਲੇਬਰ ਲਾਜ਼ ਜਿਹੜੇ ਅਮੈਂਡ ਕੀਤੇ ਆ, ਜਿਹੜੇ ਮਜ਼ਦੂਰ ਵਿਰੋਧੀ ਕੰਮ ਅਸੀਂ ਕੀਤੇ ਉਹ ਵੀ ਆ ਜਾਣਗੇ ਭਲਕੇ ਧਰਨਾ ਮਾਰਨ। ਜਦ ਉਹ ਇਹ ਕਹਿ ਰਹੇ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਵੇਲਾ ਹੈ ਜਿਹੜਾ ਮਜ਼ਦੂਰਾਂ ਨੇ ਵੇਖਣਾ ਸੀਗਾ। ਜੇ ਹੁਣ ਫੈਕਟਰੀਆਂ ਬੰਦ ਹੋ ਜਾਂਦੀਆਂ, ਕਿਸਾਨਾਂ ਨਾਲ ਯੂਨਾਈਟਡ ਫਰੰਟ ਹੋ ਜਾਂਦਾ, ਤਾਂ ਲਾਜ਼ਮੀ ਕਿਸਾਨ ਵੀ ਜਿੱਤਦੇ, ਮਜ਼ਦੂਰ ਵੀ ਜਿੱਤਦੇ, ਸਰਕਾਰ ਬਹੁਤ ਬੁਰੀ ਤਰ੍ਹਾਂ ਹਾਰਦੀ। ਇਹ ਆਪਰਚੂਨਿਜ਼ਮ ਹੈ ਉਹਨਾਂ ਪਾਰਟੀਆਂ ਦਾ ਜਾਂ ਉਹਨਾਂ ਟ੍ਰੇਡ ਯੂਨੀਅਨਿਸਟਾਂ ਦਾ ਜਿਨ੍ਹਾਂ ਨੇ ਏਡੇ ਵੱਡੇ ਕਿਸਾਨ ਅੰਦੋਲਨ ਨੂੰ ਯੂਨਾਈਟ ਕਰਕੇ ਆਪਣੇ ਹੱਕ 'ਚ ਵਰਤਣ ਦਾ ਸਮਾਂ ਗਵਾ ਲਿਆ। ਮੈਂ ਤਾਂ ਕਹਿੰਦਾ ਅਜੇ ਵੀ ਹੈਗਾ ਸਮਾਂ, ਕਿਉਂਕਿ ਸਾਡੀ ਐਜੀਟੇਸ਼ਨ ਅਜੇ ਲੰਮੀ ਚੱਲਣ ਦੀ ਸੰਭਾਵਨਾ ਹੈ। ਸਰਕਾਰ ਇਸ ਸਵਾਲ 'ਤੇ ਅੜੀ ਹੋਈ ਹੈ। ਅਮਿਤ ਸ਼ਾਹ ਨੇ ਸਿੱਧਾ ਹੀ ਕਹਿਤਾ ਕਿ ਸਾਡੀ ਤਾਂ ਇੱਜ਼ਤ ਦਾ ਸਵਾਲ ਹੈ, ਬਾਕੀ ਜੋ ਕਹੋ ਬਦਲ ਦਿੰਦੇ। ਤਾਂ ਇਹ ਜਿਹੜਾ ਬਣਾਇਆ ਹੋਇਆ ਮੋਦੀ ਦਾ ਬਿੰਬ ਕਿ ਇਹ ਹਿਟਲਰ ਹੈ, ਸਟਾਲਿਨ ਹੈ, ਇਹ ਪਿੱਛੇ ਨਹੀਂ ਹਟਣਾ, ਇਹਨੇ ਜੋ ਪਾਸ ਕਰਤਾ ਇੰਦਰਾ ਗਾਂਧੀ ਤੋਂ ਬਾਅਦ ਇੱਕ ਚੰਗਾ ਵੱਡਾ ਟਰਨ ਫੈਸਲੇ ਲੈਣ ਵਾਲਾ ਆਇਆ, ਸਾਰੀ ਬੀਜੇਪੀ ਉਹਦੇ ਦੁਆਲੇ ਘੁੰਮਦੀ ਹੈ ਕਿ ਜੇ ਕਿਸਾਨਾਂ ਦੇ ਵਾਪਸ ਲੈਂਦੇ ਆ। ਵਾਪਸ ਲੈਣ ਵਿੱਚ ਕੋਈ ਗੱਲ ਨਹੀਂ, ਸਿਰਫ ਇੱਕ ਉਹਦਾ ਜਿਹੜਾ ਬਿੰਬ ਹੈ ਉਹ ਟੁੱਟਣਾ, ਜਿਹਦੇ ਨਾਲ ਬੀਜੇਪੀ ਨੂੰ ਖਤਰਾ ਦੇ, ਬਿੰਬ ਟੁੱਟਣ ਨਾਲ ਸਾਰੀ ਦੀ ਸਾਰੀ ਬੀਜੇਪੀ ਲਿਕੁਇਡ ਨਾ ਹੋ ਜਾਂਦੀ ਹੋਵੇ। ਹੋਰ ਵਿੱਚ ਕੋਈ ਗੱਲ ਨਹੀਂ ਹੈਗੀ ਅੰਦੋਲਨ ਦੇ। ਮਜ਼ਦੂਰਾਂ ਨੇ ਤੇ ਉਹਨਾਂ ਦੇ ਆਗੂਆਂ ਨੇ ਬਹੁਤ ਚੰਗਾ ਸਮਾਂ ਵੇਸਟ ਕਰ ਦਿੱਤਾ। ਤੁਸੀਂ ਸਮਝਦੇ ਹੋ ਕਿ ਕਿਸਾਨ ਜਿਹੜੀ ਮੂਵਮੈਂਟ ਹੈ ਉਹ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਜ਼ਦੂਰਾਂ ਦੇ ਨਾਲ? ਬੇਸ਼ੱਕ ਮਜ਼ਦੂਰਾਂ ਦੀ ਜਿਹੜੀ ਪਾਰਟੀਆਂ ਨੇ ਉਹ ਧੋਖਾ ਦੇ ਰਹੀਆਂ ਨੇ, ਉਹ ਪਰੇ ਪਿੱਛੇ ਰੱਖ ਰਹੀਆਂ ਨੇ ਮਜ਼ਦੂਰਾਂ ਨੂੰ
ਇਸ ਕਿਸਾਨ ਦੇ ਨਾਲ, ਲੇਕਿਨ ਕਿਹਾ ਕਿ ਕਿਸਾਨ ਦੀ ਲੀਡਰਸ਼ਿਪ ਜਿਹੜੀ ਉਹ ਅਪਰੋਚ ਕਰ ਰਹੀ ਹੈ ਮਜ਼ਦੂਰਾਂ ਨੂੰ ਸਪੋਰਟ ਵਾਸਤੇ? ਦੇਖੋ ਅਸੀਂ ਤਾਂ ਲੜ ਰਹੇ ਹਾਂ ਤੇ ਬਹੁਤ ਸਾਰੀਆਂ ਸੰਸਥਾਵਾਂ ਸਾਡੀ ਸਪੋਰਟ ਤੇ ਆ ਰਹੀਆਂ, ਜਿੱਦਾਂ ਮੁਲਾਜ਼ਮ ਉੱਥੇ ਇਕੱਠੇ ਕਰਕੇ ਪੈਸੇ ਦੇ ਜਾਂਦੇ ਆ, ਕੋਈ ਲੰਗਰ ਲਾ ਜਾਂਦਾ, ਕੋਈ ਦਵਾਈਆਂ ਵਾਲਾ ਆ, ਤਾਂ ਹਰ ਤਰ੍ਹਾਂ ਦੀ ਹਮਦਰਦੀ ਹੈ। ਪਰ ਮਜ਼ਦੂਰ ਵੀ ਜੇ ਆਣ ਕੇ ਜਥੇਬੰਦੀਆਂ ਪਹਿਲਾਂ ਇੱਕ ਰੋਜ਼ਾ ਹੜਤਾਲ ਕਰਦੀਆਂ ਸਾਡੇ ਸਮਰਥਨ ਚ, ਫਿਰ ਅਸੀਂ ਉਹਨਾਂ ਨੂੰ ਕਹਿੰਦੇ ਆਓ ਸਾਂਝਾ ਫਰੰਟ ਬਣਾ ਲਈਏ, ਜਦ ਉਹਨਾਂ ਨੇ ਅਜੇ ਤੱਕ ਕੋਈ ਕਦਮ ਹੀ ਨਹੀਂ ਲਿਆ ਤੇ ਅਸੀਂ ਸਾਡੇ ਕੋਲ ਆਪਣਾ ਮੋਰਚਾ ਸਾਹਮਣਾ ਬਹੁਤ ਔਖਾ ਹੋਇਆ ਪਿਆ। ਕਈ ਤਰ੍ਹਾਂ ਦੇ ਤੱਤ ਜਿਹੜੇ ਨੇ ਹਾਂਜੀ ਹਾਂਜੀ ਆ ਵਿੱਚ ਕੋਈ ਹੋਰ ਆ ਗਿਆ ਸੀ ਜੀ ਜੀ ਕੋਈ ਨਹੀਂ ਆ ਰਹੀ ਆਵਾਜ਼ ਜੀ ਜੀ ਆਵਾਜ਼ ਆ ਰਹੀ ਹੈ ਹਮਾਰੀ, ਤੁਸੀਂ ਬੋਲੋ। ਤਾਂ ਅਸੀਂ ਤਾਂ ਫਿਰ ਵੀ ਤੁਹਾਡਾ ਸੁਜੈਸ਼ਨ ਬਹੁਤ ਵਧੀਆ ਹੈ, ਕੱਲ ਜਿਹੜੀ ਸਾਡੀ ਮੀਟਿੰਗ ਹੋਣੀ ਹੈ ਤਾਂ ਮੈਂ ਕੋਸ਼ਿਸ਼ ਕਰੂੰਗਾ ਤੁਹਾਡਾ ਇਹ ਜਿਹੜਾ ਵਿਊ ਆ ਮੈਂ ਰੱਖ ਕੇ, ਅਸੀਂ ਕਾਲ ਵੀ ਕਰ ਸਕਦੇ ਹਾਂ ਕਿ ਆਓ ਕਿਸਾਨ ਮਜ਼ਦੂਰ ਸਾਂਝਾ ਫਰੰਟ ਬਣਾਈਏ। ਤਾਂ ਸਾਨੂੰ ਤਾਂ ਇਹ ਆ ਕਿ ਹੋਰ ਵੀ ਕਈ ਐਂਟੀ ਨੈਸ਼ਨਲ ਇਹਨਾਂ ਜਿਹੜੇ ਫੈਸਲੇ ਕੀਤੇ ਆ ਉਹ ਲੋਕ ਵੀ ਸਮੇਂ ਨਾਲ, ਕਿਉਂਕਿ ਅੱਜ ਅਸੀਂ ਜਿੱਤ ਕੇ ਜਾਂਦੇ ਹਾਂ ਤੇ ਕੱਲ ਨੂੰ ਜਿਹੜਾ ਕੋਈ ਨਵੇਂ ਸਿਰੇ ਆਣ ਕੇ ਅੰਦੋਲਨ ਕਰੂਗਾ ਤੇ ਉਹਨੂੰ ਓਨੀ ਮੁਸ਼ਕਲ ਆਊ ਜਿੰਨੀ ਅਸੀਂ ਫੇਸ ਕਰ ਰਹੇ ਹਾਂ। ਜੇ ਅੱਜ ਸਾਡੇ ਨਾਲ ਕੋਈ ਆ ਜਾਂਦਾ ਤਾਂ ਦੋਵੇਂ ਰਲ ਕੇ ਬਹੁਤ ਵੱਡੀ ਕੋਸ਼ਿਸ਼ ਕਰ ਸਕਦੇ ਹਾਂ। ਤਾਂ ਇਟ ਇਟ ਦੇ ਟਾਈਮ ਹੈ, ਮਜ਼ਦੂਰਾਂ ਲਈ ਸਮਾਂ ਹੈ ਤੇ ਅਸੀਂ ਅਪੀਲ ਵੀ ਕਰਾਂਗੇ ਕਿ ਉਹ ਇਸ ਸਮੇਂ ਦੀ ਵਰਤੋਂ ਕਰਕੇ ਕਿਸਾਨ ਮਜ਼ਦੂਰ ਜੇ ਸਾਂਝਾ ਲੜੂਗਾ ਤੇ ਤਸਵੀਰ ਬਦਲ ਜਾਊਗੀ। ਬਿਲਕੁਲ ਜੀ, ਕਿਸਾਨ ਮਜ਼ਦੂਰ ਏਕਤਾ ਜੇ ਹੋਏਗਾ ਤੇ ਵਾਕਈ ਤਸਵੀਰ ਬਦਲੇਗੀ, ਨਾ ਸਿਰਫ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਬਲਕਿ ਪੂਰੇ ਮੁਲਕ ਵਾਸਤੇ। ਹਾਂਜੀ ਹਾਂਜੀ ਦਤਾਰ ਸਿੰਘ ਜੀ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਸਾਰਾ ਦੱਸਿਆ ਹੈ ਕਿ ਇਸ ਟਾਈਮ ਕੀ ਸਿਚੁਏਸ਼ਨ ਚੱਲ ਰਹੀ ਹੈ, ਫਿਊਚਰ ਕੀ ਹੈ, ਮੂਵਮੈਂਟ ਅੱਗੇ ਦਾ ਕੀ ਪਲਾਨ ਹੈ ਤੁਹਾਡਾ, ਅੱਗੇ ਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਇਹ ਮੂਵਮੈਂਟ ਕਿੱਥੇ ਜਾਏਗੀ, ਕਿਸ ਤਰ੍ਹਾਂ ਤੁਸੀਂ ਜਿੱਤ ਸਕਦੇ ਹੋ ਅੱਗੇ? ਦੇਖੋ ਜਿੱਤਣ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਉਹ ਸਾਡੇ ਅੰਦੋਲਨ ਚ ਹੈਗੀਆਂ। ਨੰਬਰ ਇੱਕ ਕਿ ਤੁਹਾਡੀ ਗੱਲ, ਤੁਹਾਡਾ ਏਜੰਡਾ ਠੀਕ ਹੋਣਾ ਚਾਹੀਦਾ, ਉਹ ਹੈਗਾ। ਨੰਬਰ ਦੋ ਕਿ ਅੰਦੋਲਨ ਜਿਹੜਾ ਉਹ ਨਾਨ ਵਾਇਲੈਂਟ ਹੋਵੇ, ਤਾਂ ਸਾਡਾ ਏਡਾ ਲੰਮਾ ਅੰਦੋਲਨ ਜਿਹੜਾ ਤੇ ਇੰਨਾ ਵੱਡਾ ਅੰਦੋਲਨ ਜਿਹੜਾ ਇਹ ਅੱਜ ਦੇਸ਼ ਵਿਦੇਸ਼ ਚ ਦੇਖਿਆ ਜਾ ਰਿਹਾ ਕਿ ਇੰਨਾ ਪੀਸਫੁਲ ਜਿਹੜਾ ਅੰਦੋਲਨ ਹੈ ਏਡਾ ਵੱਡਾ ਉਹ ਕਦੀ ਨੀ ਹੋਇਆ, ਮਾੜੀ ਮੋਟੀ ਕਿਤੇ ਨਾ ਕਿਤੇ ਕੋਈ ਗੜਬੜ ਹੁੰਦੀ ਹੈ। ਨੰਬਰ ਤਿੰਨ ਕਿ ਲੜਨ ਦਾ ਹੌਸਲਾ ਜਿਹੜਾ ਉਹ ਬੜਾ ਬੁਲੰਦ ਹੈ, ਕਿਸੇ ਸਰਦੀ ਨੇ ਕਿਸੇ ਮੀਂਹ ਨੇ ਅਜੇ ਤੱਕ ਨੀ ਤੋੜਿਆ। ਨੰਬਰ ਚਾਰ ਕਿ ਲੀਡਰਸ਼ਿਪ ਬਹੁਤ ਯੂਨਾਈਟ ਹੋ ਕੇ ਲੜ ਰਹੀ ਹੈ ਤੇ ਇਹ ਟਾਰਗੇਟ ਇੱਕੋ ਹੀ ਰੱਖਿਆ ਹੋਇਆ ਕਿ ਕੋਈ ਸਮਝੌਤਾ ਨਹੀਂ ਕਰਨਾ, ਬਲਕਿ ਇਹ ਜਿਹੜੀ ਬੁਰਾਈ ਸਾਡੇ ਤੇ ਲਾਗੂ ਕਰਨ ਲੱਗੀ ਉਹ ਖਤਮ ਕਰਨੀ ਹੈ। ਤਾਂ ਉਹਨਾਂ ਚਿਰ ਲੜਾ ਕੇ ਜਿੰਨਾ ਚਿਰ ਸਰਕਾਰ ਪਿੱਛੇ ਨਹੀਂ ਹਟਦੀ ਤੇ ਵਾਸ ਨਹੀਂ ਲੈਂਦੀ। ਤਾਂ ਦੂਜੀ ਗੱਲ ਇਹ ਆ ਕਿ ਇਹਨੂੰ ਸਮਰਥਨ ਬਹੁਤ ਮਿਲਿਆ, ਲੋਕ ਘੋਲ ਬਣ ਗਿਆ, ਇਹ ਉਹ ਘੋਲ ਆ ਜਿਹਦੇ ਚ ਲੋਕ ਆਪਣੇ ਆਪ ਮਾਰੇ ਸ਼ਾਮਿਲ ਹੋ ਰਹੇ ਆ, ਜਿੱਥੇ ਅਸੀਂ ਅਪਰੋਚ ਨਹੀਂ ਕੀਤੀ ਉੱਥੋਂ ਵੀ ਲੋਕ ਇਹਦੇ ਚ ਸ਼ਾਮਿਲ ਹੋ ਰਹੇ ਲਗਾਤਾਰ। ਇਹ 23ਵੇਂ ਦਿਨ ਭਲਕੇ 24ਵੇਂ ਦਿਨ ਚ ਦਾਖਲ ਹੋ ਰਿਹਾ, ਪਰ ਇਹਦੀ ਗਿਣਤੀ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ। ਦੂਜਾ ਇਹਦਾ ਦੇਸ਼ ਤੇ ਬਹੁਤ ਇਫੈਕਟ ਹੋਇਆ, ਬਾਕੀ ਜਿਹੜੇ ਸਰਕਾਰ ਕਹਿੰਦੀ ਸੀ ਪੰਜਾਬ ਦਾ ਘੋਲ ਹੈ, ਇਸ ਵੇਲੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਯੂਪੀ, ਇਹ ਸਾਡਾ ਸਾਰਾ ਯੂਨਾਈਟਿਡ ਫਰੰਟ ਬਣਦਾ ਜਾ ਰਿਹਾ। ਜਿਹੜਾ 8 ਤਰੀਕ ਨੂੰ ਅਸੀਂ ਬੰਦ ਦਾ ਕਾਲ ਦਿੱਤੀ ਉਹ 18 ਸੂਬਿਆਂ ਦੇ ਵਿੱਚ ਜਿਹੜਾ ਉਹ ਬੰਦ ਹੋਇਆ, ਇਸ ਕਰਕੇ ਇਹ ਕੋਈ ਪੰਜਾਬ ਦਾ ਹਰਿਆਣੇ ਦਾ ਘੋਲ ਨਹੀਂ। ਤੇ ਆਹ ਜਿਹੜਾ ਸੁਪਰੀਮ ਕੋਰਟ ਨੇ ਅੱਜ ਬਿਆਨ ਦਿੱਤਾ ਵੀ ਜੇ ਕਿਸਾਨ ਅੰਦੋਲਨ ਦਾ ਛੇਤੀ ਫੈਸਲਾ ਨਾ ਹੋਇਆ ਤਾਂ ਇਹ ਇੱਕ ਨੈਸ਼ਨਲ ਏਜੰਡਾ ਬਣ ਰਿਹਾ, ਇਹ ਦੇਸ਼ ਵਿਆਪੀ ਘੋਲ ਚ ਬਦਲ ਰਿਹਾ, ਤੇ ਅਸੀਂ ਨਹੀਂ ਕਿਹਾ, ਸੁਪਰੀਮ ਕੋਰਟ ਨੇ ਕਿਹਾ ਅੱਜ। ਇਸ ਕਰਕੇ ਏਡੇ ਵੱਡੇ ਘੋਲ ਦੇ ਵਿੱਚ ਸਰਕਾਰ ਦੀ ਹਾਰ ਜਿਹੜੀ ਉਹ ਯਕੀਨੀ ਲੱਗਦੀ ਮੈਨੂੰ। ਬਿਲਕੁਲ ਜੀ, ਇਹੀ ਜਜ਼ਬਾ ਹੋਣਾ ਚਾਹੀਦਾ, ਇਹੀ ਜਜ਼ਬਾ ਹੈ, ਬਲਕਿ
ਕਿਸਾਨਾਂ ਦਾ, ਇੰਡੀਆ ਦੇ ਕਿਸਾਨ ਦਾ। ਹਾਂ ਦਰ ਸਿੰਘ ਜੀ, ਤੁਸੀਂ ਆਖਰ ਚ ਆਖਰੀ ਸਵਾਲ ਹੈ ਕਿ ਕੀ ਮੈਸੇਜ ਦੇਣਾ ਚਾਹੋਗੇ ਦੁਨੀਆਂ ਦੇ ਯੂਥ ਨੂੰ, ਦੁਨੀਆਂ ਦੇ ਨੌਜਵਾਨਾਂ ਨੂੰ, ਦੁਨੀਆਂ ਦੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ? ਮੇਰਾ ਸਾਰੀ ਦੁਨੀਆਂ ਦੀ, ਸਾਰੀ ਦੁਨੀਆਂ ਦੀ ਮਿਹਨਤਕਸ਼ ਜਮਾਤ ਨੂੰ ਮੇਰੇ ਵੱਲੋਂ ਇਹ ਸੁਨੇਹਾ ਕਿ ਇਹ ਪ੍ਰਬੰਧ ਜਿਹੜਾ ਲੁਟੇਰਾ, ਜਿਹੜਾ ਮਿਹਨਤਕਸ਼ ਨੂੰ ਲੁੱਟਣ ਵਾਲਾ ਪ੍ਰਬੰਧ ਹੈ, ਇਹਦੇ ਵਿੱਚ ਜਿਹੜੀਆਂ ਬੁਰਾਈਆਂ ਨੇ, ਖਾਸ ਕਰਕੇ ਬੇਰੁਜ਼ਗਾਰੀ ਤੇ ਮਦਵਾੜੇ ਵਰਗੀਆਂ ਸਿਚੁਏਸ਼ਨਾਂ ਲੈ ਕੇ ਆਉਂਦਾ, ਔਰ ਇਹ ਸਾਰਾ ਜਿਹੜਾ ਧਨ ਆ ਇਹਦੀ ਲੁੱਟ ਦਾ, ਉਹਨੂੰ ਇਹ ਹਥਿਆਰਾਂ ਤੇ ਦੂਜੇ ਪਾਸੇ ਆਪਣੀ ਲੁੱਟ ਦਾ ਜਬਰ ਵਧਾਉਣ ਲਈ ਵਰਤ ਰਿਹਾ, ਤੇ ਲੋਕਾਂ ਦੀ ਕਿਸੇ ਸਿਹਤ ਦਾ ਜਾਂ ਲੋਕਾਂ ਦੀ ਜਨ ਜੀਵਨ ਦਾ ਕੋਈ ਧਿਆਨ ਨਹੀਂ ਰੱਖ ਰਿਹਾ। ਅੱਜ ਦੁਨੀਆਂ ਦੇ ਅੰਦਰ ਨਿੱਕੀਆਂ ਨਿੱਕੀਆਂ ਬਿਮਾਰੀਆਂ, COVID-19 ਕੀ ਬਿਮਾਰੀ ਹੈ ਜਿਹਨੇ ਇੰਨੇ ਲੋਕਾਂ ਨੂੰ ਵਕਤ ਨੂੰ ਫੜਿਆ ਹੋਇਆ, ਉਹਦੇ ਲਈ ਬਣਦਾ ਜਿਹੜਾ ਲੋਕਾਂ ਦੇ ਇਲਾਜ ਕਰਨ ਦੀ ਸਮਰੱਥਾ ਸੀ, ਉਧਰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ, ਤੇ ਸਾਰਾ ਬੰਬ ਬੰਦੂਕਾਂ ਵੱਲ ਧਿਆਨ ਹੈ ਤਾਂ ਕਿ ਲੁੱਟ ਵਧਾਈ ਜਾ ਸਕੇ। ਇਹ ਪ੍ਰਬੰਧ ਇਸ ਵੇਲੇ ਡਿੱਗਣ ਵਾਲੇ ਪਾਸੇ ਨੂੰ ਵੱਧ ਰਿਹਾ, ਲੋਕਾਂ ਨੂੰ ਪੂਰੇ ਦੇਸ਼ ਦੇ ਅੰਦਰ ਕਿਸਾਨ ਮਜ਼ਦੂਰ ਨੂੰ ਇੱਕ ਸੁਰ ਹੋ ਕੇ ਇਸ ਪ੍ਰਬੰਧ ਨੂੰ ਢਾਉਣ ਲਈ ਲੜਨਾ ਚਾਹੀਦਾ, ਤਾਂ ਇਹ ਪ੍ਰਬੰਧ ਢਾ ਕੇ ਨਵਾਂ ਸਾਰਨ ਵਾਸਤੇ ਮੋਢੇ ਨਾਲ ਮੋਢਾ ਡਾਉਣ ਦੀ ਲੋੜ ਆ। ਇਸ ਵੇਲੇ ਵਰਕਰ ਆਫ ਐਂਡ ਪੀਜੈਂਟਸ ਆਫ ਦੀ ਵਰਲਡ ਜਿਹੜੇ ਉਹਨਾਂ ਨੂੰ ਯੂਨਾਈਟ ਹੋਣਾ ਚਾਹੀਦਾ। ਬਿਲਕੁਲ ਜੀ, ਦਾਤਾਰ ਸਿੰਘ ਜੀ, ਬਿਲਕੁਲ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ, ਵਰਕਰਸ ਐਂਡ ਪੀਜੈਂਟ ਆਫ ਦੀ ਵਰਲਡ ਯੂਨਾਈਟ ਐਂਡ ਫਾਈਟ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਸੀਂ ਸਾਨੂੰ ਜੁਆਇਨ ਕੀਤਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੇ ਤੁਸੀਂ ਪਾਇਆ ਆਪਣਾ ਵਟਸਐਪ ਤੇ ਮੈਨੂੰ ਵੀ ਭੇਜ ਦਿਓ ਜੀ। ਬਿਲਕੁਲ, ਤੁਹਾਨੂੰ ਇਹ ਸ਼ੇਅਰ ਕਰਾਂਗੇ ਜੀ, ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ। ਓਕੇ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਡਾਕਟਰ ਸਾਹਿਬ।